ਰੁਕ ਜਾ ਨਾ ਨਾ ਛੱਡ ਦੇ ਮੈਂ ਜਾਣੀ ਆ ਹੁਣ ਤਾਂ ਸੁਖਪਾਲ ਨੂੰ ਜਾਣੀ ਰੁਕ ਜਾ ਬੇਬੇ ਸੁਖਪਾਲ ਕੱਪੜੇ ਜੇ ਮੇਰੇ ਗਈ ਪਏ ਨੇ ਯਾਰ ਧੋਣ ਵਾਲੇ ਚਿੱਟਾ ਜਾਂ ਨਾਲੇ ਨੀਲਾ ਜਾਂ ਪੈਂਟ ਸ਼ਰਟ ਵੀ ਧੋਣ ਵਾਲੀ ਆ ਮੇਰੀ ਧੋ ਦੀ ਉਹ ਕੋਈ ਨਾ ਧੋ ਦੂੰਗੀ ਹਾਂ ਧੋ ਦੂੰਗੀ ਨਾਲੇ ਐਂ ਕਰੀ 1 ਵਜੇ ਆਉਂਗਾ ਮੈਂ ਰੋਟੀ ਲੈਣ 4 ਬੰਦੇ ਦੀ ਰੋਟੀ ਲਾ ਕੇ ਰੱਖ ਲਈ ਅੱਛਾ ਫੋਨ ਕਰ ਦੂੰ ਮੈਂ ਤੈਨੂੰ ਤੁਰਨ ਤੋਂ ਪਹਿਲਾਂ ਹਾਂ ਫੋਨ ਕਰ ਦੇ ਲਾ ਦੂੰ ਕੋਈ ਨਾ ਮੈਂ ਹਾਂ ਲਾ ਦੂੰਗੀ ਹੋਰ ਮੈਂ ਦੇਖਦਾ ਜਾ ਕੇ ਐ ਨਹੀਂ ਪਤਾ ਬੋਲ ਮਾਰ ਕੇ ਲਿਆਉਣਾ ਪਵੇ ਦਿਹਾੜੀਆਂ ਨੂੰ ਠੀਕ ਹੈ ਇਸ ਹਿਸਾਬ ਨਾਲ ਤਾਂ ਕੱਪੜੇ ਬਾਹਲੇ ਹੋ ਗਏ ਧੋਣ ਵਾਲੇ ਹੁਣ ਕੀ ਕਰਾਂ ਚਲੋ ਬੇਬੇ ਤਾਂ ਫੂਕ ਚੁਕਾ ਕੇ ਕੱਪੜੇ ਧਵਾਉਣੀ ਆ ਲੋਟ ਤਾਂ ਇਹ ਮੇਰੇ ਆਏ ਜਾਂਦੀ ਹੈ ਦਿੰਦੀ ਆ ਪਾਪੋ ਨੂੰ ਮੈਂ ਕੱਪੜੇ ਧੋਣ ਲੱਗੀ ਦੀ ਸੁਖਪਾਲ ਹਾਂ ਬੇਬੇ ਮੈਂ ਤਾਂ ਲੈਣ ਸੋਚਦੀ ਸੀ ਅੱਜ ਕੱਲ ਤਾਂ ਕੱਪੜੇ ਧੋਣ ਕੋਈ ਔਖੇ ਨਹੀਂ ਹੈਗੇ ਮਸ਼ੀਨਾਂ ਚ ਡੇਗਦਾ ਨੇ ਪੁਰਾਣੀਆਂ ਬੁੜੀਆਂ ਲੈ ਕਿੰਨੇ ਔਖੀਆਂ ਹੁੰਦੀਆਂ ਨੇ ਕੱਪੜੇ ਧੋਣੀਆਂ ਹੋਰ ਹੁਣ ਆਪਾਂ ਨਾ ਕੁੱਟਦੀਆਂ ਰਹਿੰਦੀਆਂ ਹੁਣ ਤਾਂ ਬਿੰਦ ਚ ਸੁੱਕ ਜਾਂਦੇ ਨੇ ਮਸ਼ੀਨ ਚ ਪਹਿਲਾਂ ਤਾਂ 2-2 ਦਿਨ ਨਾ ਸੁੱਕਦੇ ਹੋਰ ਜਦੋਂ ਮੈਂ ਛੋਟੀ ਜਿਹੀ ਹੁੰਦੀ ਸੀ ਉਦੋਂ ਕਿਹੜਾ ਮਸ਼ੀਨਾਂ ਹੁੰਦੀਆਂ ਤੇ ਅਸੀਂ ਤਾਂ ਹੱਥਾਂ ਨਾਲ ਕੱਪੜੇ ਤੇ ਹੋਰ ਪਹਿਲਾਂ ਤਾਂ ਸਾਰੇ ਕੰਮ ਹੱਥਾਂ ਨਾਲ ਹੀ ਕਰਦੇ ਹੁੰਦੇ ਤੇ ਦਿਨੋ ਦਿਨ ਜਵਾਨਾ ਬਦਲੀ ਜਾਂਦਾ ਪਹਿਲਾਂ ਤਾਂ ਸਾਈਕਲ ਹੁੰਦੇ ਹੁਣ ਕੋਈ ਸਾਈਕਲ ਤੇ ਚੜ ਕੇ ਖੁਸ਼ੀ ਨਹੀਂ ਹੈਗਾ ਸਹੀ ਗੱਲ ਹੈ ਬੇਬੇ ਫਿਰ ਉਹਨੇ ਜੇ ਸੇਤਾਂ ਵੀ ਰਹੀਆਂ ਹੁਣ ਜਿਹੜੀਆਂ ਛੋਟੀਆਂ ਸੇਤਾਂ ਦੀਆਂ ਹੁਣ ਛੋਟੀਆਂ ਸੇਤਾਂ ਹੀ ਤਾਂ ਸਾਡੀਆਂ ਸੇਤਾਂ 'ਚ ਜ਼ਮੀਨ ਸਮਾਨ ਦਾ ਫਰਕ ਹੈ ਛੋਟੀਆਂ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਨੇ ਹਜੇ ਵੀ ਸਾਡੇ ਨਾਲ ਤਕੜੇ ਪਏ ਹੋ ਤੁਸੀਂ ਤਾਂ ਤੇ ਹੋਰ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਜੇ ਮਾੜਾ ਜਿਹਾ ਝਾੜੂ ਮਾਰ ਲੈਣਾ ਕਹਿਣੀਆਂ ਸਾਡੀ ਤਾਂ ਢੂਹੀ ਦੁਖਣ ਲੱਗ ਗਈ ਅਸੀਂ ਥੱਕ ਜਾਂਦੀਆਂ ਨੇ ਮਾੜੇ ਜੇ ਨਾਲ ਸਾਨੂੰ ਨਹੀਂ ਕੋਈ ਪ੍ਰਭਾਵ ਪ੍ਰਭੂ ਹੁੰਦੀ ਦੀ ਅਸੀਂ ਤਾਂ ਤੜਕੀ ਲੱਗਦੀਆਂ ਆਥਣ ਤੱਕ ਕੰਮ ਕਰੀ ਜਾਂਦੀਆਂ ਤਾਂ ਵੀ ਨਹੀਂ ਥੱਕਦੀਆਂ ਦੀਆਂ ਮੈਨੂੰ ਪਤਾ ਹੈ ਹੁਣ ਵੀ ਤੂੰ ਮੇਰੇ ਤੋਂ ਵੱਧ ਕੰਮ ਕਰ ਸਕਦੀਆਂ ਹਾਂ ਕਰ ਸਕਦੀਆਂ ਪੁੱਤਾ ਇਹ 'ਚ ਕੀ ਕੋਈ ਸ਼ੱਕ ਹੈ ਮੈਂ ਤਾਂ ਬਹੁਤ ਕੰਮ ਕਰਿਆ ਸੁਖਪਾਲ ਸਾਰੇ ਮੰਨਦੇ ਹੁੰਦੇ ਦੀ ਮੈਨੂੰ ਤਾਂ ਵੀ ਮੇਲੋ ਜਿੰਨਾ ਕੰਮ ਕੋਈ ਨਹੀਂ ਕਰ ਸਕਦਾ ਠੀਕ ਹੈ ਪਰ ਇੱਕ ਗੱਲ ਹੋਰ ਹੈ ਬੇਬੇ ਚਾਹੇ ਕੱਪੜੇ ਧੋਣੋ ਜਾਂ ਮਸ਼ੀਨੇ ਆ ਗਈਆਂ ਜਦੋਂ ਮੈਂ ਕੱਪੜੇ ਧੋਣੀ ਆ ਨਾ ਮਸ਼ੀਨ 'ਚ ਉਦੋਂ ਇੰਨੇ ਨਹੀਂ ਨਿਖਰਦੇ ਜਦੋਂ ਤੇਰੇ ਧੋਣ ਵੇ ਨਿਖਰਦੇ ਨੇ ਚਾਹੇ ਤੂੰ ਮਸ਼ੀਨ 'ਚ ਹੀ ਪਾਉਣੀ ਹੈ ਪਤਾ ਨਹੀਂ ਇਹ ਚੱਕਰ ਕੀ ਹੈ ਮੈਨੂੰ ਨਹੀਂ ਹਜੇ ਤੱਕ ਸਮਝ ਆਈ ਅੱਛਾ ਮਸ਼ੀਨ ਨੂੰ ਫਿਰ ਪਤਾ ਲੱਗ ਜਾਂਦਾ ਵੀ ਮੇਲੋ ਆਏ ਮੇਰੇ 'ਚ ਕੱਪੜੇ ਪਾਉਣ ਆਈ ਹੈ ਹੁਣ ਮੈਨੂੰ ਤਾਂ ਨਖੇਰ ਨਹੀਂ ਪੈਣਗੇ ਪਤਾ ਨਹੀਂ ਬੇਬੇ ਕੀ ਗੱਲ ਹੈ ਮੈਂ ਬਾਰੇ ਬਾਰੇ ਗੱਲ ਨੋਟ ਕਰੀਏ ਇਹ ਅੱਛਾ ਹੈਗਾ ਫਰਕ ਹੈਗਾ ਤੇਰੀ ਗੱਲ ਸਹੀ ਹੋ ਸਕਦੀ ਹੈ ਸਾਡੀਆਂ ਬਾਹਾਂ 'ਚ ਤਾਂ ਜਾਨ ਹੁੰਦੀ ਸੀ ਅਸੀਂ ਤਾਂ ਮਲ ਮਲ ਕੇ ਕੱਪੜਾ ਧੋਂਦੀਆਂ ਐ ਮਲ ਮਲ ਕੇ ਚਿੱਟੇ ਕੱਢ ਦਿੰਦੀਆਂ ਕੱਪੜਿਆਂ ਨੂੰ ਹਾਂ ਜਾਨ ਹੁੰਦੀ ਨਹੀਂ ਸੀ ਬੇਬੇ ਹੁਣ ਵੀ ਹੈਗੀ ਜਾਨ ਬਥੇਰੀ ਛੋਟੀਆਂ ਬਾਹਾਂ 'ਚ ਹੁਣ ਵੀ ਜਾਨ ਹੈ ਪੂਰੀ ਜਾਨ ਹੈ ਹਾਂ ਕੋਈ ਗੱਲ ਨਹੀਂ ਹੈਗੀ ਹੈ ਹੁਣ ਵੀ ਅੱਜ ਕੱਲ੍ਹ ਦੀਆਂ ਕੁੜੀਆਂ ਚਿੜੀਆਂ ਨਾਲੋਂ ਤਾਂ ਹਜੇ ਵੀ ਤਕੜੇ ਪਏ ਆ ਭਾਈ ਪਰਮਾਤਮਾ ਦੀ ਕਿਰਪਾ ਨਾਲ ਸਹੀ ਗੱਲ ਹੈ ਬੇਬੇ ਹੈ ਬੇਬੇ ਇਹਨਾਂ ਦੇ ਚਿੱਟੇ ਕੁੜਤੇ ਪਜਾਮੇ ਤੇ ਨਾ ਵਾਲੀ ਮਾਰ ਲੱਗ ਰਹੀ ਹੈ ਜੇ ਤੂੰ ਡੇਗਦੇ ਮਸ਼ੀਨ 'ਚ ਲਿਆ ਡੇਗ ਦਿੰਦੀ ਆ ਭਾਈ ਲੈ ਹੋਰ ਨਿਖਰਦੇ ਨਹੀਂ ਜੇ ਖਾਣੇ ਦੇ ਮੈਂ ਤੈਨੂੰ ਦੱਸ ਕੇ ਤਾਂ ਹਟੀਆਂ ਪਤਾ ਨਹੀਂ ਕੀ ਮਸ਼ੀਨ ਨੂੰ ਪਤਾ ਲੱਗ ਜਾਂਦਾ ਵੀ ਅੱਜ ਬੇਬੇ ਨੇ ਪਾਏ ਨੇ ਮੈਂ ਫੇਰ ਦੂੰ ਬਥੇਰਾ ਸੋਚ ਨਾ ਕਰ ਤੂੰ ਐ ਕਰੀ ਬੇਬੇ ਫੇਰ ਤਾਰ ਤੇ ਵੀ ਤੂੰ ਹੀ ਪਾ ਦੀ ਪਾ ਦੂੰਗੀ ਤੇਰਾ ਸੁੱਕਣਾ ਕੱਦ ਹੈਗਾ ਮੇਰਾ ਹੱਥ ਨਹੀਂ ਜਾਂਦਾ ਹੈਗਾ ਪਾ ਦੂੰਗੀ ਪਾ ਦੂੰ ਹਾਂ ਸੁੱਕਣੇ ਪਾ ਦੀ ਬੁੜੀ ਨੂੰ ਦੇ ਕੇ ਪੰਪ ਜਿੰਨਾ ਮਰਜ਼ੀ ਕੰਮ ਕਰਾ ਲਓ ਆਏ ਆ ਜਾਂਦਾ ਆਪਣੇ ਤੇ ਲੋਟ ਲੈ ਪਿੰਡੂ ਵਿਰਸੇ ਵਾਲੇ ਵੀ ਕਮਾਲ ਕਰਦੇ ਨੇ ਬਲਾਈ ਹਾਸੀ ਕਢਾਉਂਦੇ ਨੇ ਲੈ ਤੱਤਾ ਗਲਾਸ ਹੀ ਲਾਤਾ ਤੇ ਲੈ ਫੋਨ ਆ ਗਿਆ ਇਹਦਾ ਹੈਲੋ ਅੱਛਾ 4 ਬੰਦਿਆਂ ਦੀ ਕੋਈ ਨਾ ਬਣਾਉਣੀ ਆ ਲੈ ਸਬਜ਼ੀ ਵੀ ਨਹੀਂ ਹੈਗੀ ਰਾਤ ਵਾਲੀ ਹੁਣ ਹੋਰ ਵੀ ਬਣਾਉਣੀ ਪਊਗੀ ਬੇਬੇ ਆਉਂਦੀ ਹੈ ਬੇਬੇ ਨੂੰ ਕਰਦੀ ਹਾਂ ਲੋਟਾ ਆ ਜਾ ਬੇਬੇ ਆ ਜਾ ਚਾਚੇ ਕੀ ਗਈ ਸੀ ਹਾਂ ਚਾਚੇ ਕੀ ਗਈ ਬਹਿ ਜਾ ਬੇਬੇ ਮੇਰੀ ਗੱਲ ਸੁਣੋ ਮੈਂ ਤਾਂ ਤੈਨੂੰ ਇੱਕ ਗੱਲ ਪੁੱਛਣੀ ਸੀ
ਪੁਰਾਣੀਆਂ ਬੁੜੀਆਂ ਦੇ ਹੱਥਾਂ ਦੀ ਰੋਟੀ ਇੰਨੀ ਸਵਾਦ ਕਾਹਤੋਂ ਹੁੰਦੀ ਹੈ? ਮੈਂ ਤਾਂ ਕਈ ਵਾਰੀ ਤੇਰੇ ਹੱਥਾਂ ਦੀ ਪੱਕੀ ਹੋਈ ਰੋਟੀ ਖਾਧੀ ਹੈ, ਬਾਲੀਓ ਸਵਾਦ ਹੁੰਦੀ ਹੈ। ਇਹ ਚੱਕਰ ਕੀ ਹੈ ਬੇਬੇ? ਪੁੱਤ ਚੱਕਰ ਦਾ ਤਾਂ ਮੈਨੂੰ ਵੀ ਨਹੀਂ ਪਤਾ, ਮੈਂ ਤਾਂ ਸ਼ੁਰੂ ਤੋਂ ਹੀ ਸਵਾਦ ਬਣਾਉਣੀ ਆ। ਮੈਂ ਵੀ ਕਹਾਂ ਮੈਂ ਪੰਜ ਪੰਜ ਰੋਟੀ ਖਾ ਜਾਂਦੀ ਹਾਂ, ਛੀ ਛੀ ਸਵਾਦ ਹੀ ਵਲਾਈ ਹੁੰਦੀਆਂ ਨੇ। ਹੋਰ ਮੈਨੂੰ ਤਾਂ ਸਾਰੀ ਕਹਿੰਦੇ ਨੇ, ਕਹਿੰਦੇ ਮੇਲੋ ਦੇ ਹੱਥ ਦੀ ਰੋਟੀ ਏ ਵਾਲੀ ਸਵਾਦ ਹੁੰਦੀ ਹੈ। ਅੱਛਾ, ਇਹ ਤਾਂ ਫਿਰ ਸ਼ੁਰੂ ਤੋਂ ਤੇਰੇ ਹੱਥਾਂ 'ਚ ਗੁਣ ਹੈਗਾ ਬੇਬੇ। ਹੋਰ ਰੋਟੀ ਕੀ, ਮੈਂ ਤਾਂ ਸਬਜ਼ੀ ਬਾਹਲੀ ਸਵਾਦ ਬਣਾਉਣੀ ਆ ਸੁਖਪਾਲ, ਮੇਰੇ ਹੱਥਾਂ ਦੀ ਸਬਜ਼ੀ ਬਣੀ ਨੂੰ ਤਾਂ ਨਾ ਸਾਰੇ ਮੰਨਦੇ ਹੁੰਦੇ ਸੀ। ਅੱਛਾ ਬੇਬੇ, ਮੈਂ ਵੀ ਕਈ ਵਾਰੀ ਖਾਧੀ ਹੈ, ਬਹੁਤ ਸਵਾਦ ਹੁੰਦੀ ਹੈ। ਮੈਂ ਤਾਂ ਐਂ ਸੋਚਦੀ ਹੁੰਦੀ ਹਾਂ ਵੀ ਰੱਬ ਨੇ ਮੈਨੂੰ ਇਹੀ ਜਿਹਾ ਗੁਣ ਕਿਉਂ ਨਹੀਂ ਦਿੱਤਾ, ਵੀ ਮੈਥੋਂ ਇੰਨੀ ਸਵਾਦ ਸਬਜ਼ੀ ਕਿਉਂ ਨਹੀਂ ਬਣਦੀ। ਕਦੇ ਕਦੇ ਤਾਂ ਮੇਰਾ ਐਂ ਜੀ ਕਰਦਾ ਬੇਬੇ ਮੈਂ ਤੈਨੂੰ ਕਹਾਂ ਵੀ ਤੂੰ ਮੈਨੂੰ ਸਬਜ਼ੀ ਬਣਾਉਣੀ ਸਿਖਿਆ। ਕੋਈ ਗੱਲ ਨਹੀਂ, ਮੈਨੂੰ ਦੱਸਦੀ, ਮੈਂ ਸਿਖਾ ਦੂੰਗੀ। ਇੱਕ ਮੈਂ ਹੋਰ ਗੱਲ ਦੇਖੀ ਬੇਬੇ ਤੇਰੇ 'ਚ, ਤੇਰੀ ਰੋਟੀਆਂ ਲਾਉਣ ਦੀ ਸਪੀਡ, ਮਿੰਟਾਂ 'ਚ ਰੋਟੀਆਂ ਲਾ ਦਿੰਦੇ ਤਾਂ ਮੈਂ ਤਾਂ ਜਿਲ ਜਿਲ ਕਰਦੀ ਰਹਿੰਦੀ ਹਾਂ। ਹਾਂ ਸਵੀਟ ਮੇਰੀ ਬਹੁਤ ਹੈ ਸੁੱਖ ਨਾਲ ਸੁਖਪਾਲ, ਇਹ ਤਾਂ ਮੈਨੂੰ ਸਾਰੇ ਕਹਿੰਦੇ ਤੇ ਵੀ ਮੇਲੋ ਸੋਹਣੀ ਬਹੁਤ ਹੈ, ਮਿੰਟਾਂ ਸਕਿੰਟਾਂ 'ਚ ਸਾਰੇ ਕੰਮ ਨਿਬੇੜ ਦਿੰਦੀ ਹੈ। ਮੈਂ ਤਾਂ ਦਸ ਦਸ ਜਣਿਆਂ ਦੀ ਰੋਟੀ ਨਾ ਸੁਖਪਾਲ ਮੈਂ ਤਾਂ 5 ਮਿੰਟਾਂ 'ਚ ਲਾ ਦਿੰਦੀ ਸੀ। ਅੱਛਾ ਕਮਾਲ ਹੋ ਗਈ। ਇੱਕ ਗੱਲ ਹੈ ਭਾਈ, ਪੁਰਾਣੀਆਂ ਬੁੜੀਆਂ ਨੂੰ ਤਕੜੀਆਂ ਹੁੰਦੀਆਂ ਤੀ, ਪਰ ਬੇਬੇ ਮੈਂ ਤੇਰੇ ਵਰਗੀ ਨਹੀਂ ਕੋਈ ਤਕੜੀ ਦੇਖੀ ਹੈਗੀ, ਤੂੰ ਤਾਂ ਬਾਹਲੀ ਹਿੰਮਤੀ ਹੈ। ਨਾ ਨਾ ਮੇਰੇ ਵਰਗੀ ਕਿੱਥੇ, ਅਸੀਂ ਤਾਂ ਪਿੰਡ 'ਚ 2-3 ਜਣੀਆਂ ਦੀਆਂ, ਇੰਨਾ ਕੰਮ ਕਰਦੀਆਂ ਦੀਆਂ ਸਾਰੇ ਕਹਿੰਦੇ ਵੀ ਦੋ ਹੀ ਬਾਹਲਾ ਕੰਮ ਕਰਦੀਆਂ ਨੇ 2-3 ਜਣੀਆਂ, ਮੰਨਦਾ ਤੀ ਸਾਰਾ ਪਿੰਡ ਸਾਨੂੰ ਤਾਂ, ਇੰਨਾ ਕੰਮ ਕਰਦੀਆਂ ਨੇ ਅਸੀਂ ਤਾਂ। ਅੱਛਾ ਹੋਰ ਉਹਨਾਂ 'ਚੋਂ ਵੀ ਪਹਿਲੇ ਨੰਬਰ 'ਤੇ ਮੈਂ ਸੀ, ਮੇਰੇ ਤੋਂ ਬਾਅਦ ਇੱਕ ਚਰਨੋ ਹੁੰਦੀ ਤੀ, ਫਿਰ ਆਉਂਦਾ ਤੀ ਦਿਆਲੇ ਕੀ ਬਚਨੋ ਦਾ ਨੰਬਰ, ਤੀਜੇ ਨੰਬਰ 'ਤੇ ਤੀ ਗੁਰਨਾਮ ਮਿਸਤਰੀ ਦੇ ਘਰ ਵਾਲੀ ਪਿਆਰੋ, ਕਿਸੇ ਦੇ ਵਿਆਹ ਹੁੰਦਾ ਕੋਈ ਪ੍ਰੋਗਰਾਮ ਹੁੰਦਾ ਸਾਨੂੰ ਕਹਿੰਦੇ ਵੀ ਭਾਈ ਤੁਸੀਂ ਰੋਟੀਆਂ ਲਵੇ ਲੱਗੋ, ਤੁਸੀਂ ਨਿਬੇੜੋਗੀਆਂ ਕੰਮ, ਹੋਰ ਕਿਸੇ ਤੋਂ ਨਹੀਂ ਬਣਦਾ, ਤੁਸੀਂ ਤਾਂ 3 ਜਣੀਆਂ ਬਾਹਲਾ ਕੰਮ ਕਰਦੀਆਂ। ਅੱਛਾ ਅੱਛਾ, ਇਹਦਾ ਮਤਲਬ ਪਿੰਡ ਦੀਆਂ ਮੋਤਬਰ ਹੁੰਦੀਆਂ ਤੇ ਤੁਸੀਂ? ਹਾਂ ਹਾਂ। ਸੱਚ ਬੇਬੇ ਮੇਰੀ ਗੱਲ ਸੁਣੋ, ਮੈਨੂੰ ਫੋਨ ਆਇਆ ਇਹਦਾ ਹੁਣ ਖੇਤੋਂ, ਮੈਂ ਤੇਰਾ 20 ਮਿੰਟਾਂ ਤੱਕ ਮੈਂ ਰੋਟੀ ਲੈਣ ਆਉਣਾ, 4 ਬੰਦਿਆਂ ਦੀ ਰੋਟੀ ਲਾ ਕੇ ਰੱਖਿਓ। ਮੈਨੂੰ ਲੱਗਦਾ ਬੇਬੇ ਮੇਰੇ ਤੋਂ ਤੈਨੂੰ ਤਿਆਰ ਹੋਣੀ ਇੰਨੀ ਛੇਤੀ ਨਾ, ਤੇਰੀ ਸਵੀਟ ਵਾਲੀ ਹੈ ਰੋਟੀ ਪਕਾਉਣ ਦੀ, ਨਾਲੇ ਸਬਜ਼ੀ ਵੀ ਕੱਟੀ ਪਈ ਹੈ ਗੋਭੀ ਦੀ, ਉਹ ਵੀ ਬਣਾਉਣੀ ਹੈ। ਮੈਨੂੰ ਤਾਂ ਇਹ ਫਿਕਰ ਲੱਗਿਆ ਪਿਆ ਕੁਛ ਨਹੀਂ ਤਿਆਰ ਹੋਇਆ, ਹੁਣ ਉਹ ਆ ਕੇ ਖੜ ਜੂਗਾ। ਲੈ ਕੋਈ ਗੱਲ ਨਹੀਂ ਸੁਖਪਾਲ, ਮੈਂ ਹੁਣ ਬਣਾ ਦਿੰਦੀ ਹਾਂ ਸਬਜ਼ੀ, ਨਾਲੇ ਰੋਟੀਆਂ ਲਾ ਦੂੰਗੀ, ਮਿੰਟ ਮਾਰੂ ਮੈਂ, ਤੂੰ ਫਿਕਰ ਨਾ ਕਰ। ਹੁਣ ਲਾ ਦਿੰਦੀ ਹਾਂ 4 ਬੰਦਿਆਂ ਦੀ ਰੋਟੀ, ਨਾਲੇ ਸਬਜ਼ੀ ਦੇਖੀ ਕਿੰਨੀ ਸਵਾਦ ਬਣਾਉ, ਕਿਉਂ ਟੈਨਸ਼ਨ ਲੈਂਦੀ ਹੈ ਤੂੰ? ਚੱਲ ਬੇਬੇ ਠੀਕ ਹੈ, ਬਾਲੀ ਤਿੜਦੀ ਹੈ ਬੁੜੀ ਤਾਂ। ਕਿਉਂ ਸੁਪਾ ਬਣੀ ਪਈ ਰੋਟੀ? ਹਾਂ ਹਾਂ ਬਣਾਈ ਪਈ ਰੋਟੀ, ਤਾਂ ਮਿਲਿਓ ਨਹੀਂ ਬਹਿ ਜਾ ਤੁਸੀਂ। ਲਓ ਆ ਭਰੀ ਹੋਈ ਹੈ ਰੱਸੀ ਦੀ ਕਿੰਨੀ, ਹੋਰ ਪਾਣੀ ਤਾਂ ਨਹੀਂ ਲਿਆਵਾਂ? ਨਾ ਨਾ ਪਾਣੀ ਤਾਂ ਬਸ, ਬੱਠਲ ਆਪਣੇ ਹੋਰ ਨਹੀਂ ਪਿਆ, ਛੰਮੇ ਕੇ ਗਿਆ ਹੋਇਆ, ਇਹਨੇ ਮਿਸਤਰੀ ਲੱਗ ਰਹੇ ਨਾ, ਇਹਨਾਂ ਦਾ ਫੜ ਲਓ ਜੇ ਵਿਹਲਾ ਹੋਊਗਾ। ਮੋਟਰਸਾਈਕਲ ਤੇ ਮੈਂ ਲੈ ਕੇ ਕਿਵੇਂ ਜਾਊਂਗਾ? ਚੱਲ ਫਿਰ ਸਾਰ ਲਿਓ ਇੱਕ ਨਾਲੀ। ਸਤਿ ਸ਼੍ਰੀ ਅਕਾਲ ਤਾਈ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਠੀਕ ਹੋ? ਹਾਂ ਠੀਕ ਹਾਂ, ਹੋਰ ਤੂੰ ਵੀ ਠੀਕ ਹੈ? ਠੀਕ ਹੈ ਤਾਈ, ਵਧੀਆ। ਸੁਖਪਾਲ ਕਿੱਥੇ ਹੈ? ਉਹ ਆਉਂਦੀ ਹੈ ਪੁੱਤ। ਹੋਰ ਕਿਵੇਂ ਬਣੇ? ਠੀਕ ਠਾਕ ਬਣੇ, ਵਧੀਆ। ਮੈਂ ਕੰਮ ਧੰਦੇ ਜਿਹੇ ਨਿਬੇੜ ਕੇ ਹਟੀ ਸੀ, ਮਹਾਂ ਸੁਖਪਾਲ ਹੋਰਾਂ ਕੋਲ ਜਾ ਕੇ ਆਉਣੀ ਆ। ਅੱਛਾ, ਮੇਰੇ ਤਾਂ ਹਜੇ ਪੋਚੇ ਵੀ ਰਹਿੰਦੇ ਨੇ ਭੈਣੇ। ਨਾ ਮੈਂ ਤਾਂ ਨਿਬੇੜ ਕੇ ਆਈ ਸੀ ਕੰਮ ਧੰਦੇ, ਤੁਹਾਡੇ ਰਹਿੰਦੇ ਹਜੇ? ਹਾਂ ਰਹਿੰਦੇ ਨੇ ਪੋਚੇ ਵਿਚਾਲੇ ਭੈਣੇ। ਅੱਛਾ, ਲੈ ਫਿਰ ਮੈਂ ਤਾਂ ਕੁੜੇ ਤੇਰਾ ਕੰਮ ਹੀ ਛਡਾਤਾ ਆ ਕੇ। ਚੱਲ ਕੰਮ ਤਾਂ ਕਿਹੜਾ ਛਡਵਾਤਾ, ਕੋਈ ਨਾ ਪੋਚਾ ਆਪਾਂ ਬੇਬੀ ਤੋਂ ਲਵਾ ਲਾਂਗੇ, ਮਾੜਾ ਜਿਹਾ ਮੰਜਾ ਰੇਡੀ ਕਰ ਬੇਬੀ ਦੇ। ਚੁੱਕੀ ਬੜੇ ਅੱਗੇ ਹੋਰ ਸੁਣਾ ਪੰਮੀ, ਠੀਕ ਠਾਕ ਨੇ ਸਾਰੇ? ਹਾਂ ਹਾਂ ਠੀਕ ਹੈ ਤਾਈ, ਸਾਰੇ ਠੀਕ ਠਾਕ ਨੇ, ਤੂੰ ਸੁਣਾ, ਤੇਰੀ ਸਿਹਤ ਠੀਕ ਹੈ?
हाँ हाँ ठीक हाँ मैं तो वधिया लो कमाल होगी ताई तू तो साढ़े तो भी ताकड़ी पई है ताई दियाँ पुरानियाँ खुराकां खादियाँ हुई ने ना आपा तो ताई दे मुकाबले कुछ भी नहीं सुखपाल होर पाई असी पुराने बंदियां ने पुरानियाँ खुराकां खादियाँ हुई ने बाकी उदो खुराकां भी सही थी हाँ खुराकां भी सही थी कुछ बंदे तो आपदे सारे भी होंगे पाई बाकी साड़ी बेबे ने तो दिखाई नहीं काम कार नू तो शुरू से तकड़ी थी बेबे साड़ी अच्छा नहीं बढ़िया गल है होर कम कार तो आप कदे भजी नहीं आशता तो मैनू पता ही नहीं की होंगी है पम्मी नहीं ठीक है ताई होर बेबे दसदी थी कम कार नू तो कदे मूहरे ला लैंदी थी एक गल होर पम्मी रोटियां लाने की बेबे स्वीट वाली है हजे ही बेबे मिनटा सकिंटा च रोटी तैयार कर दिंदी है एक सब्जी बड़ी स्वाद बनाउंदी बेबे अच्छा अच्छा होर की ना सब्जी तो छड्ड पम्मी बेबे दे हत्थां दी रोटी बनी भी कमाल दी हुंदी है पता नहीं क्यों इन्नी स्वाद हुंदी है अच्छा ये तो पम्मी मैनू सारी कहंदे थे भी मेलो दे हत्थां दी रोटी ते सब्जी बड़ी स्वाद हुंदी है आंडी गुआंडी भी साडे घरे सब्जी मंगण आ जांदे कहंदे मेलो जे तैं सब्जी बनाई है सानू दे दे कड़छी का अच्छा कमाल होगी ताई ते होर हजे ही बेबे दे हत्थां च ओही जादू हैगा फिर दूजी गल होर सुन लै बेबे अपने वांगू नहीं हैगी भी माड़ा जिहा कम करके थक के बह जूगी आपां तां माड़ा जिहा कम करके सांह लैण लग जानी आं होर मैं तां आप सांह लै लै के कम करदी आं भई ना ना पम्मी आपां नूं कोई नहीं सांह सू लैण दा चल हुण तां उम्र दे हिसाब नाल माड़ा जिहा फर्क पै गया नहीं मैं नहीं परवाह करदी थी थकण थुकण दी मैं तां कम करदी ही रहिंदी थकी नहीं थी मैं कदे ना ठीक है ताई बंदा तां इहो जिहा ही होना चाहीदा ਹੋਰ ਹੁਣ ਆਪਾਂ ਤਾਂ ਮਾੜਾ ਜਿਹਾ ਝਾੜੂ ਲਾ ਲਈਏ ਹਾਏ ਮੇਰੇ ਢੂਹੀ ਆਏ ਮੇਰੇ ਢੂਹੀ ਲੈ ਅੱਜ ਮੈਂ ਝਾੜੂ ਲਾਉਣ ਲੱਗ ਗਈ ਮਾੜਾ ਜਿਹਾ ਢੂਹੀ ਦੁਖਣ ਲੱਗ ਗਈ ਪਹਿਲਾਂ ਹੀ ਦੁਖੀ ਜਾਂਦੀ ਹੈਗੀ ਹੁਣ ਮੈਂ ਅੰਦਰ ਪੋਚਾ ਲਾਉਣਾ ਸੀ ਲੈ ਮੈਨੂੰ ਤਾਂ ਪਹਿਲੇ ਡਰ ਲੱਗੀ ਜਾਂਦਾ ਮੈਂ ਤਾਂ ਢੂਹੀ ਪਹਿਲੀ ਦੁਖੀ ਜਾਂਦੀ ਹੈ ਹੁਣ ਦੱਸ ਮੈਂ ਕੀ ਕਰਾਂ ਲੈ ਆਹੀ ਤਾਂ ਗੱਲ ਹੈ ਕਮਾਲ ਹੋ ਗਈ ਅੱਜ ਕੱਲ੍ਹ ਦੀਆਂ ਕੁੜੀਆਂ ਚਿੜੀਆਂ ਦੀ ਮਾੜਾ ਜਿਹਾ ਕੰਮ ਕਰ ਲਓ ਹਾਏ ਮੇਰੀ ਢੂਹੀ ਲੈ ਲਿਆ ਪੋਚਾ ਮੈਂ 5 ਮਿੰਟਾਂ 'ਚ ਲਾ ਦੂੰਗੀ ਪੋਚਾ ਇਹ ਵੀ ਕੋਈ ਗੱਲ ਹੈ ਤੂੰ ਕਿਉਂ ਫਿਕਰ ਕਰਦੀ ਹੈ ਸੋਡਾ ਤਾਂ ਜਮੀ ਸਰਿਆ ਪਿਆ ਕੀ ਬਣੂਗਾ ਸੋਡਾ ਗਾਹਾਂ ਜਾ ਕੇ ਮੇਰੇ ਤਾਂ ਕੋਈ ਨਹੀਂ ਢੂਹੀ ਦੁਖਦੀ ਲਿਆ ਪੋਚਾ ਲੈ ਮੈਂ ਮਾਰ ਦਿੰਦੀ ਹਾਂ ਪੋਚਾ ਚੱਲ ਠੀਕ ਹੈ ਬੇਬੇ ਧਿਆਨ ਨਾ ਮਾਰਦੀ ਚੰਗੇ ਚੰਗੀ ਤਰ੍ਹਾਂ ਸਾਰੇ ਕਮਰੇ 'ਚ ਨਾ ਨਾ ਇਹ ਤਾਂ ਗੱਲੀ ਕੋਈ ਨਹੀਂ ਤੂੰ ਫਿਕਰ ਹੀ ਨਾ ਕਰ ਨਾਲੇ ਮੇਰਾ ਲੱਗਿਆ ਪੋਚਾ ਦੇਖੀ ਨਾਲੇ ਤੇਰਾ ਲੱਗਿਆ ਤੇ ਤੇਰੇ ਪੋਚੇ ਤੇ ਮੇਰੇ ਪੋਚੇ 'ਚ ਫਰਕ ਹੀ ਬਹੁਤ ਹੈ ਮੈਂ ਤਾਂ ਫਰਸ਼ 'ਚ ਮੂੰਹ ਦਿਸਣ ਲਾ ਦਿੰਦੀ ਹਾਂ ਬਾਹਲਾ ਸੋਹਣਾ ਪੋਚਾ ਲਾਉਣੀ ਆ ਠੀਕ ਹੈ ਬੇਬੇ ਗੁੜੇ ਤਾਂ ਤਾਂ ਕਮਾਲ ਹੀ ਕਰਤੀ ਬੁੜੀ ਨੂੰ ਪੰਪ ਦੇ ਕੇ ਮਿੰਟਾਂ 'ਚ ਭੇਜਤਾ ਹੋਰ ਤਾਂ ਹੀ ਤਾਂ ਮੈਂ ਤੈਨੂੰ ਕਿਹਾ ਸੀ ਵੀ ਬੁੜੀ ਨੂੰ ਤਾਂ ਫੂਕ ਚੁਕਾਉਣੀ ਪੈਂਦੀ ਹੈ ਫੇਰ ਜਿੰਨਾ ਮਰਜ਼ੀ ਕੰਮ ਕਰਾ ਲਓ ਇਹ ਤੋਂ ਫੂਕ ਬਾਲੀ ਛੇਤੀ ਛੱਕਦੀ ਇਹ ਅੱਛਾ ਅੱਛਾ ਉਹ ਤਾਂ ਦਿਖੀ ਜਾਂਦਾ ਕਮਾਲ ਕਰਤੀ ਤਾਂ ਤੂੰ ਤਾਂ ਫਿਰ ਬੇਬੇ ਤੂੰ ਐਂ ਕੰਮ ਕਰਾ ਲੈਣੀ ਹੈ ਫੂਕ ਪਾਕ ਚੁਕਾ ਕੇ ਹੋਰ ਮੈਂ ਤਾਂ ਫਿਰ ਐਂ ਕਰਾ ਲੈਣੀ ਆ ਉਹ ਦਿਮਾਗ ਤਾਂ ਮਾੜਾ ਜਿਹਾ ਚਲਾਉਣਾ ਪੈਂਦਾ ਠੀਕ ਹੈ ਉਹ ਤਾਂ ਫਿਰ ਹੋਰ ਸੁਣਾ ਸੱਚ ਮੇਰੀ ਗੱਲ ਸੁਣ ਪਰਸੋਂ ਮੇਰੇ ਕੋਲ ਗਿੰਦੂ ਦੀ ਬਹੂ ਆਈ ਤੀ ਕਹਿੰਦੀ ਮੈਂ ਕਮੇਟੀ ਸ਼ੁਰੂ ਕਰਨੀ ਹੈ 1000 ਰੁਪਏ ਵਾਲੀ ਮੈਂ ਤਾਂ ਉਹਨੂੰ ਹਾਂ ਕਰਤੀ ਤੂੰ ਕਿਵੇਂ ਕਰੇ ਤੇਰੇ ਕੋਲ ਆ ਗਈ ਕਿ ਨਾ ਭਰੇਂਗੀ ਕਿ ਨਾ ਮੇਰੇ ਕੋਲ ਤਾਂ ਆਈ ਨਹੀਂ ਪੁੱਛ ਲਈ ਚੱਲ ਮੈਂ ਵੀ ਪਾ ਦੂੰਗੀ ਵਧੀਆ ਚੱਲ ਇਕੱਠੇ ਪੈਸੇ ਨਾਲ ਗਰਜ ਜੀ ਮਰ ਜਾਂਦੀ ਹੈ ਕੋਈ ਬੰਦੇ ਦੀ ਹੋਰ ਉਹੀ ਤਾਂ ਗੱਲ ਹੈ ਚੱਲ ਕੋਈ ਨਾ ਮੈਂ ਜਾ ਕੇ ਆਉਂਗੀ ਉਹਦੇ ਕੋਲੇ ਨਾਲੇ ਕਿਹਾ ਆਉਂਗੀ ਤੇਰਾ ਵੀ ਮੰਮੀ ਦਾ ਵੀ ਨਾਂ ਲਿਖ ਲੈ ਹੋਰ ਮੇਰਾ ਤਾਂ ਕਿਹਾ ਹੀ ਹਾਂ ਹਾਂ ਹੋਰ ਭਾਣੇ 100 ਗਰਜ ਮਰਦੀ ਹੈ ਆ ਦੇਖ ਲੈ ਸੁਖਪਾਲ ਮੈਂ ਤਾਂ ਸਾਰੇ ਕਮਰਿਆਂ 'ਚ ਲਾਤਾ ਪੋਚਾ ਭਾਵਾਂ ਜਾ ਕੇ ਦੇਖ ਲੈ ਫਰਸ਼ ਦੇਖ ਲੈ ਕਿਵੇਂ ਚੌਂਕਣ ਲਾਤੀ ਅੱਛਾ ਅੱਛਾ ਉਹ ਤਾਂ ਮੈਨੂੰ ਪਤਾ ਹੈ ਬੇਬੇ ਮੈਂ ਪਹਿਲਾਂ ਵੀ ਦੇਖੀ ਹੈ ਨਾ ਕਈ ਵਾਰੀ ਫੇਰ ਮੂੰਹ ਦਿਸਦਾ ਹੁੰਦਾ ਕਿ ਨਾ ਵਿੱਚ ਦੀ ਹਾਂ ਦਿਸਦਾ ਹੁੰਦਾ ਮੈਂ ਤਾਂ ਪਹਿਲਾਂ ਵੀ ਕਈ ਵਾਰੀ ਸੋਚਿਆ ਵੀ ਘਰੇ ਸੀਸਾ ਰੱਖਣ ਦੀ ਲੋੜ ਹੀ ਨਹੀਂ ਜਦੋਂ ਸੀਸਾ ਦੇਖਣ ਨੂੰ ਜੀ ਕਰੇ ਮਾੜੇ ਬੇਬੇ ਨੂੰ ਕਹਿ ਦੇ ਬੇਬੇ ਫਰਸ਼ ਤੇ ਪੋਚਾ ਲਾਈ ਮਾੜੇ ਜਾਂ ਚਮਕਾਈ ਕਿਰਾ ਸੀਸੇ ਵਾਂਗੂ ਸਹੀ ਗੱਲ ਹੈ ਲੈ ਜਦੋਂ ਮਰਜ਼ੀ ਦੱਸ ਦਿਆ ਕਰ ਇਹ ਕਿੱਡੀ ਕੁ ਗੱਲ ਹੈ ਠੀਕ ਹੈ ਬੇਬੇ ਸੱਚ ਮੇਰੀ ਗੱਲ ਸੁਣ ਸੁਖਪਾਲ ਚਾਹ ਕਿਵੇਂ ਬਣਾਉਂਦੀ ਹੈ ਤਾਈ ਮੈਨੂੰ ਤਾਂ ਲੱਗਦਾ ਚਾਹ ਵੀ ਬਹੁਤ ਸਵਾਦ ਬਣਾਉਂਦੀ ਹੋਣੀ ਚਾਹ ਤਾਂ ਪੁੱਛ ਨਾ ਤੂੰ ਚਾਹ ਨਹੀਂ ਮੇਰੇ ਵਰਗੀ ਕੋਈ ਬਣਾ ਸਕਦਾ ਪੰਮੀ ਚਾਹ ਤਾਂ ਮੈਂ ਬਾਹਲੀ ਹੀ ਸਵਾਦ ਬਣਾਉਣੀ ਆ ਅੱਛਾ ਤਾਈ ਤੇ ਹੋਰ ਪੰਮੀ ਚਾਹ ਦਾ ਬੇਬੇ ਬਾਹਲੀ ਹੀ ਸਵਾਦ ਬਣਾਉਂਦੀ ਹੈ ਆਪਾਂ ਤਾਂ ਉਹੀ ਜੀ ਚਾਹ ਨਾਲ ਜ਼ਿੰਦਗੀ ਭਰ ਨਹੀਂ ਬਣਾ ਸਕਦੇ ਅੱਛਾ ਲੋ ਕਮਾਲ ਹੋ ਗਈ ਕੁੜੇ ਸੱਚੀ ਗੱਲ ਹੈ ਪੰਮੀ ਮੈਨੂੰ ਤਾਂ ਮੰਨਦੇ ਤੇ ਸਾਰੇ ਕਹਿੰਦੇ ਮੇਲੋ ਵਰਗੀ ਕੋਈ ਚਾਹ ਬਣਾ ਹੀ ਨਹੀਂ ਸਕਦਾ ਮੈਨੂੰ ਤਾਂ ਬਿੰਦੇ ਬਿੰਦੇ ਪਰਿਵਾਰ ਦਾ ਮੈਂਬਰ ਕੋਈ ਨਾ ਕੋਈ ਕਹੀ ਜਾਂਦਾ ਵੀ ਚਾਹ ਬਣਾ ਦੇ ਅੱਛਾ ਲੋ ਕਮਾਲ ਹੋ ਗਈ ਫੇਰ ਤਾਂ ਭਾਈ ਤਾਈ ਤੇਰੇ ਹੱਥ ਦੀ ਚਾਹ ਪੀ ਕੇ ਦੇਖਣੀ ਪਊਗੀ ਲੈ ਚਾਹ ਦੀ ਕੀ ਗੱਲ ਕਰਦੀ ਤੂੰ ਹੁਣ ਬਣਾਉਂਦੀ ਬੇਬੇ ਦੇ ਮਿੰਟਾਂ ਸਕਿੰਟਾਂ 'ਚ
ले खट जा सुखपाल, फिर मैं तो हूं बना लिया इनू पी की देख लैन दे चा। हां बेबे पी की पता लगू इन ता, हूं तो सच नहीं आंदा इनू। मैं क्या पंप दे के ताई नू चाय पी लां। आहो आहो तू भी टली नहीं। सुखपाल मेरी गल सुन, वो कमेटी वाली गल मेरी करे आई चंगा, किते भुल जे पिछले साल जो मैं पाई सी बढ़िया मेरी गर जाइया मर गया सी ओदे नाल। ना ना भुलदी नहीं पड़े, मैं अज ही जाऊंगी। जाया याद करके। हां ना अज ही जाऊंगी, जमा नहीं भुलदी हैगी, याद करके याद नाल खा आऊंगी। 2 रुपए जुड़ जांदे होर होर गरजा मर जांदे ने बने, होर तो कुछ नहीं, चले देना सौखा हो जांदा बंदा किस्त नाल। होर किसे अग्गे ने हाथ करने पैंदे। होर होर बाकी मैं जांदी जांदी मोर्निंग के पुछ के जाऊंगी गुरप्रीत होरा नु, जे मेंबर वध हो जाण सौखा फायदा ही आपां ता। होर होर वध मेंबर च फायदा ही हुंदा। पूछ ली जा लें ता, ओ बीरपाल होरी भी कहंदियां सी उनू किरणा नु भी पुछ लांगे अग्गे आपां। हां हां होर सारियां नु पुछ लांगे। हां ओ मैं टक्करी ते कई दिन हो गए, पुछ दे दियो पुछ लांगे, दोनों तिन्नां नु पुछ लांगे। ना ना पुछ लांगे। लम्मी पी के देख जा। जो कम करा फूक चुकानी पैंदी है। सही गल सुखपाल, कुछ नी कुछ नी बेबे, मैं ता ए कहनी है चाह गर्म हो बे जे फूक मार लेनी कहिंदी है। फूक मार के ठंडी कर ले। ले दस इनू पता ही है। होर ओही ता गल है, ताई स्वाद आ गया तेरी चाह पी के, सच्ची सौ लगी। वो ता होनी थी। चल चंगा भेने, ओदे नाल गल कर ली चंगा, किंतु दी बहू नाल कमेटी वास्ते। ठीक है भेने कर लूं कोई ना। ठीक है चंगा मैं जानी हूं। कोई ना। अच्छा ये भी कहंदी है कमेटी पाउण नु। हां बेबे ये भी तैयार है। चल ठीक है फिर। मेरी गल सुनी, मैं तो ले सुखपाल ते हैरान रह गई, अज मैं उन्हां दे घरे गई सी, ओह तो ले मेलो ताई नूं पंप मार मार के कम कराउंदी रहिंदी है सारे घर दे। आखे तू बेबे चीज वाली स्वाद बनाउनी आ, कम वाली छेती नमेड़दी आ, फलाना टिमका, ओह थोड़ी जी फूकरी हैगी है, इहदियां गल्लां च आ जांदी है, फूक छक जांदी है, कह दिंदी है तू बह जा मैं करदी आ कम तां। चलाक है फिर ता, दिमाग तो कम ला जांदी है। ते होर मैं तां हैरान हो गई जदों मैं उन्हां दे घरे गई, कहिंदी मैं तां पोचा लाउणा सी, मैं कहा कुड़े मैं तो तेरा काम ही छड़ाता आके, कहती लै फिर की है आपा बेबे तो हुण करा लेने पोचा पूचा हुण लवा लेने, कहती बेबे दे माड़ा जे मंजा नेड़े करा, मैं तो मंजा नेड़े कराता, अहे जे पंप मारे बेबे नू, अहे जे पंप मारे मिंटो मिंटी पोचा लाउण तुर पी, कहती मैं तो फर्श चमका दूं शीशे वांगू, बंदे दा मूंह दिसण ला दिंदी आ, कहती जदों मैं पोचा ला दिंदी आ फर्श ते। फिर ओनू पता लग रिहा ना वी अगली फूक छकदी है, इसे गल दा ओह फायदा लै जांदी है। सही गल है। चल आपा की लैणा है। हां ओह तां है। मैं कुर्सी लेनी बाई वास्ते। ਹੋਰ ਸੁਣਾ ਪੁੱਤ, ਉੱਥੇ ਸਾਰੇ ਠੀਕ ਠਾਕ ਸੀ? ਹਾਂ ਬੇਬੇ ਸਾਰੇ ਠੀਕ ਠਾਕ ਸੀ, ਮੇਰੀ ਉਹ ਕਈ ਦਿਨਾਂ ਦੀ ਸੁਰਤ ਜੀ ਇੱਧਰ ਲੱਗੀ ਪਈ ਸੀ, ਮੈਂ ਇਹਨਾਂ ਨੂੰ ਕਿਹਾ ਮੈਂ ਆਪਾਂ ਇੱਕ ਅੱਧਾ ਦਿਨ ਜਾ ਕੇ ਆਈਏ ਉਹਨਾਂ ਕੋਲੇ। ਚੱਲ ਵਧੀਆ ਕਰਿਆ ਪੁੱਤ, ਮਿਲ ਜਾਓਗੇ, ਚੱਲ ਵਧੀਆ ਬਾਤਾਂ ਕਰ ਲਾਂਗੇ। ਹੋਰ ਚੱਲ ਵਧੀਆ ਕਰਿਆ ਭੈਣੇ, ਲਾ ਜਾਊਂਗਾ ਉਹਨਾਂ। ਹੋਰ ਭਾਵੀ ਕਿਵੇਂ, ਤੇਰੇ ਪੇਕਿਆਂ ਵਾਲੀ ਸਾਰੇ ਠੀਕ ਠਾਕ ਨੇ? ਹਾਂ ਭੈਣੇ ਸਾਰੇ ਠੀਕ ਠਾਕ ਨੇ, ਹੁਣੇ ਜਾ ਕੇ ਆਈ ਜਾਂ ਮੈਂ। ਚੱਲ ਵਧੀਆ ਕਰ। ਹਾਂ ਚੱਲ ਪਾਣੀ ਲੈ ਕੇ ਆਉਂਦੀ ਹਾਂ। ਹੋਰ ਸੁਣਾਓ ਕਦੋਂ ਕਾਇ ਤੀ? ਅੱਧਾ ਪੌਣਾ ਘੰਟਾ ਹੋ ਗਿਆ ਬਈ ਸਾਨੂੰ ਆਏ ਨੂੰ। ਅੱਛਾ ਹੋਰ ਸਭ ਠੀਕ ਠਾਕ ਆ ਰਾਜੇ? ਹਾਂ ਬਈ ਸਾਰੇ ਠੀਕ ਠਾਕ। ਚਲ ਵਧੀਆ ਹੈ। ਹੋਰ ਆਪਣੀ ਕਿਵੇਂ ਅੱਜ? ਹਾਂ ਵਧੀਆ ਹੈ। ਅੱਛਾ ਪਾਦੀ ਦੀ ਰੇਰੂ? ਹਾਂ ਰੇ ਖਤਮ ਕਰਤੀ। ਅੱਛਾ ਚਲੋ ਪੂਰੀ ਹੋ ਗਈ ਹੋਣੀ ਨਾ? ਹਾਂ ਗੇਤੀ ਹੈ ਨਾ ਸਾਡੇ ਤਾਂ ਫਿਰ। ਹਾਂ ਕਿੰਨੇ ਕਿੰਨੇ ਪਾਦੇ ਨੇ ਫਿਰ ਤੁਸੀਂ? ਅਸੀਂ ਤਿੰਨ ਤਿੰਨ। ਅੱਛਾ ਹਾਂ ਚਲੋ ਵਧੀਆ, ਤਿੰਨ ਤਿੰਨ ਵੀ ਫਿਰ ਬਹੁਤ ਨੇ ਫਿਰ। ਨਾ ਬਹੁਤ ਹੈ। ਹਾਂ ਫਿਰ ਬਾਲਾ ਦਾ ਕੀ ਫਾਇਦਾ, ਬਾਣ ਖਰਾਬ ਹੋ ਜਾਂਦਾ। ਨਾ ਨਾ ਨਾ। ਹਾਂ ਫਿਰ ਗਾਹਾਂ ਨੂੰ ਫਿਰ ਦੁੱਧ ਪਾਲੂ। ਹਾਂ ਪਾੜਾ ਪੈ ਜਾਂਦਾ।
ਪਾੜਾ ਪੈ ਜਾਂਦਾ ਹੋਰ ਨਾ ਨਾ ਤੈਨੂੰ ਤਾਂ ਵੱਧ ਅਸੀਂ ਤਾਂ ਪਾਈਆਂ ਨਹੀਂ ਕਦੇ ਅੱਛਾ ਨਾ ਸਾਡੇ ਤਾਂ ਪਾਉਂਦੇ ਨੇ ਚਾਰ ਚਾਰ ਨਾ 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 ਅਸੀਂ ਨਹੀਂ ਛੱਡਦੇ ਇੱਧਰ ਘੱਟ ਪਾਉਂਦੇ ਨੇ ਤੁਹਾਡੇ ਕੋਲ ਮੈਂ ਪਹਿਲਾਂ ਵੀ ਦੇਖਿਆ ਕਈ ਵਾਰੀ ਨਾ ਘੱਟ ਪਾਉਂਦੇ ਸਾਡੇ ਵਾਲੀ ਪਾਉਂਦੇ ਨੇ ਉੱਧਰ ਬੈਠੀ 'ਚ ਬੀਜਦੇ ਤੁਸੀਂ ਹਾਂ ਬੈਠੀ 'ਚ ਬੀਜੇ ਅੱਛਾ ਹਾਂ ਚਲੋ ਵਧੀਆ ਨਾ ਨਾ ਵਧੀਆ ਖੜੀ ਹੈ ਹਾਂ ਨਾ ਵਧੀਆ ਹੁੰਦੀ ਕਣਕ ਦਾ ਉਹ ਵੀ ਖਰ ਹੋਰ ਬੇਬੇ ਤੇਰੇ ਗੋਡੇ ਗੁੱਡੇ ਠੀਕ ਰਹਿੰਦੇ ਨੇ ਉਦੋਂ ਕਹਿੰਦੀ ਸੀ ਕਹਿੰਦੀ ਵਾਲੇ ਦੁਖਦੇ ਰਹਿੰਦੇ ਨੇ ਹਾਂ ਠੀਕ ਨੇ ਪੁੱਤਾ ਅਸੀਂ ਨਹੀਂ ਬਿੱਧਦੇ ਇੰਨੇ ਕੁ ਦੁਖਦਿਆਂ ਨੂੰ ਤੈਨੂੰ ਪਤਾ ਤਾਂ ਹੈਗਾ ਸਾਡੀਆਂ ਤਾਂ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਨੇ ਪਰਵਾਹ ਨਹੀਂ ਕਰਦੀ ਮੈਂ ਤਾਂ ਇਹੋ ਜਿਹੇ ਗੋਡੇ ਗੁੱਡਿਆਂ ਦੀ ਹਾਂ ਇਹ ਤਾਂ ਹੈ ਬੇਬੇ ਨਾ ਮੈਂ ਥਕੇਵਾ ਮੰਨਾ ਐਵੇਂ ਕਹਿਦਾ ਹਰਮਨ ਮੈਂ ਤਾਂ ਉਵੇਂ ਦੀ ਉਵੇਂ ਪਈਆਂ ਹੁਣ ਵੀ ਕੰਮ ਨੂੰ ਮੂਹਰੇ ਲਾ ਲੈਂਦਾ ਜਿਹੜੇ ਨੂੰ ਲੱਗ ਜਾ ਤੈਨੂੰ ਲੋੜ ਹੀ ਨਹੀਂ ਬੇਬੇ ਤੂੰ ਉਮਰ ਦੇ ਹਿਸਾਬ ਨਾਲ ਕਰ ਲਿਆ ਕਰ ਜਿੰਨਾ ਕੁ ਤੇਰੇ ਤੋਂ ਹੁੰਦਾ ਗੋਡੇ ਤਾਂ ਤੇਰੇ ਦੁਖਦੇ ਰਹਿੰਦੇ ਨੇ ਮੈਂ ਬਾਲਾ ਨਹੀਂ ਕਰਦੀ ਮੈਂ ਥੋੜਾ ਮੋਟਾ ਜਿਹਾ ਕਰ ਲੈਂਦੀ ਹਾਂ ਲੈ ਹਰਮਨ ਆ ਰਹੀ ਹੈ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਠੀਕ ਹੋ ਠੀਕ ਹੈ ਵਧੀਆ ਤੂੰ ਦੱਸ ਸਤਿ ਸ਼੍ਰੀ ਅਕਾਲ ਤਾਈ ਸਤਿ ਸ਼੍ਰੀ ਅਕਾਲ ਉਹ ਚੱਕ ਲੈ ਭਾਬੀ ਕੁਰਸੀ ਬਹਿ ਜਾ ਹੋਰ ਹਰਮਨ ਠੀਕ ਠਾਕ ਸੀ ਸਾਰੇ ਹਾਂ ਸਾਰੇ ਠੀਕ ਸੀ ਭਾਬੀ ਕਦੋਂ ਆਈ ਸੀ ਹੋ ਗਏ ਤਿੰਨ ਚਾਰ ਘੰਟੇ ਸੰਤ ਆਇਆਂ ਨੂੰ ਅੱਛਾ ਹਾਂ ਦੋਨੀ ਆਏ ਨੇ ਪੰਮੀ ਪ੍ਰਾਹੁਣਾ ਅੰਦਰ ਪਿਆ ਸੁਖਪਾਲ ਤੇ ਜੱਸਾ ਪਤਾ ਲੈਣ ਬਾਗੇ ਮੋਨੀ ਦੀ ਮਾਂ ਦਾ ਹਾਂ ਉਹਦਾ ਤਾਂ ਮੈਨੂੰ ਵੀ ਪਤਾ ਤਾਈ ਮੈਂ ਵੀ ਗਈ ਸੀ ਵਿਚਾਰੀ ਦਾ ਬਾਲਾ ਵਾਦਾ ਜਾਂ ਵੱਧ ਗਿਆ ਰਾੜ ਪਿਆ ਕਹਿੰਦੇ ਹੁਣ ਕੱਲ ਟਾਂਕੇ ਕਟਾ ਕੇ ਲਿਆਏ ਵਧੀਆ ਤੁਰੀ ਫਿਰਦੀ ਦੀ ਹੋਰ ਉਹੀ ਤਾਂ ਗੱਲ ਹੈ ਹੋਰ ਸੁਣਾ ਹਰਮਨ ਹਾਂ ਠੀਕ ਠਾਕ ਆ ਭਾਬੀ ਤੁਸੀਂ ਦੱਸੋ ਠੀਕ ਹੈ ਬਾਈ ਅਸੀਂ ਤਾਂ ਸਾਰੇ ਵਧੀਆ ਚੱਲ ਵਧੀਆ ਚੱਲ ਤੁਸੀਂ ਮਾਰ ਲਓ ਗੱਲਾਂ ਮੈਂ ਤਾਂ ਨਹਾਉਣੀ ਆ ਹੋਰ ਨਾ ਲੈ ਬੇਬੇ ਸਿਰ ਨਾ ਲਈ ਦੋ ਚਾਰ ਦਿਨ ਟੱਪ ਜਾਣਗੇ ਠੰਡ ਵਾਲੀ ਹੋ ਰਹੀ ਹੈ ਮੈਂ ਨਹੀਂ ਠੰਡ ਠੁੰਡ ਮੰਨਦੀ ਹੈਗੀ ਮੈਂ ਤਾਂ ਰੋਜ਼ ਨਹਾਉਣੀ ਆ ਪਿੰਡੇ ਸ਼ੇਪੀ ਤੀਜੇ ਚੌਥੇ ਦਿਨ ਨਹਾ ਲੈਣੀ ਆ ਮੈਨੂੰ ਨਹੀਂ ਲੱਗਦੀ ਠੰਡ ਠੁੰਡ ਠੰਡ ਲੱਗ ਜੂਗੀ ਅੱਜ ਨਹਾ ਲੈ ਤੂੰ ਦੋ ਚਾਰ ਦਿਨ ਵਧੀਆ ਟੱਪ ਜਾਣਗੇ ਹੋਰ ਸੁਣਾ ਭਾਬੀ ਠੀਕ ਹੈ ਵਧੀਆ ਹਰਮਨ ਤੂੰ ਐਤਕੀ ਬਾਲੀ ਚਿਰ ਤੋਂ ਗੇੜਾ ਮਾਰਿਆ ਕੁੜੇ ਹੋਰ ਭਾਬੀ ਟਾਈਮ ਤਾਂ ਵਾਵਾ ਹੋ ਗਿਆ ਆ ਹੁਣ ਵੀ ਨਾ ਮੇਰੇ ਕਈ ਦਿਨ ਆਈ ਸੁਤਾ ਜੀ ਇੱਧਰ ਹੀ ਭੜਕਦੀ ਰਹਿੰਦੀ ਸੀ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਜਾ ਆਉਂਦੇ ਇੱਕ ਦੋ ਦਿਨ ਲਾ ਆਉਂਦੇ ਪਿੰਡ ਬਾਲੀ ਜੀ ਕਰੀ ਜਾਂਦਾ ਸੀ ਮੇਰਾ ਤਾਂ ਚੱਲ ਵਧੀਆ ਕਰਿਆ ਮੇਰੀ ਗੱਲ ਸੁਣ ਹਰਮਨ ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਵਧੀਆ ਕਰਿਆ ਤੂੰ ਮੈਨੂੰ ਮਿਲ ਗਈ ਦੱਸ ਕਿਹੜੀ ਭਾਬੀ ਇਹ ਨਾ ਸੁਖਪਾਲ ਤੇਰੀ ਬੇਬੇ ਤੋਂ ਕੰਮ ਬਹੁਤ ਕਰਾਉਂਦੀ ਹੈ ਅੱਛਾ ਐਂ ਕਿਵੇਂ ਹੋ ਸਕਦਾ ਇਹ ਹੁੰਦਾ ਭੈਣੇ ਮੈਂ ਤਾਂ ਆਪ ਸੋਚੀ ਜਾਂਦੀ ਸੀ ਵੀ ਜੇ ਕਿਤੇ ਹਰਮਨ ਆਵੇ ਮੈਂ ਉਹਨੂੰ ਦੱਸਾਂ ਸਾਰੀ ਗੱਲ ਇਹ ਤਾਈ ਤੋਂ ਰੋਬ ਨਾਲ ਕੰਮ ਨਹੀਂ ਕਰਾਉਂਦੀ ਪੰਪ ਦੇ ਕੇ ਕੰਮ ਕਰਾਉਂਦੀ ਹੈ ਕਹੂਗੀ ਤੂੰ ਤਾਂ ਚਾਹ ਵਾਲੀ ਸਵਾਦ ਬਣਾਉਣੀ ਹੈ ਰੋਟੀ ਵਾਲੀ ਸਵਾਦ ਬਣਾਉਣੀ ਹੈ ਆਖੇ ਬੇਬੇ ਤੂੰ ਤਾਂ ਸਬਜ਼ੀ ਵਾਲੀ ਸਵਾਦ ਬਣਾਉਣੀ ਹੈ ਕਹਿੰਦੀ ਬੇਬੇ ਤੂੰ ਤਾਂ ਇੰਨੇ ਵਧੀਆ ਪੋਚੇ ਲਾਉਂਦੀ ਹੈ ਫਰਸ਼ ਤੇ ਚਾਹੇ ਵਿੱਚ ਦੀ ਮੂੰਹ ਦੇਖ ਲੈ ਚਮਕਣ ਲਾ ਦਿੰਦੀ ਹੈ ਕਹਿੰਦੀ ਫਰਸ਼ ਨੂੰ ਮੇਰੀ ਗੱਲ ਤਾਂ ਗੁੱਸਾ ਨਾ ਕਰੀ ਹਰਮਨ ਤਾਈ ਥੋੜ੍ਹੀ ਜਿਹੀ ਹਵਾ ਛੱਕ ਜਾਂਦੀ ਹੈ ਕਹੂਗੀ ਲੈ ਮੈਂ ਕਰ ਦਿੰਦੀ ਹਾਂ ਕੰਮ ਤਾਂ ਤੂੰ ਬਹਿ ਜਾ ਮੈਂ ਕਰ ਦਿੰਦੀ ਹਾਂ ਕੰਮ ਤਾਂ ਉਹ ਮੌਜ ਨਾਲ ਮਹਾਰਾਣੀ ਬਣ ਕੇ ਬੈਠੀ ਰਹਿੰਦੀ ਆਪ ਸਾਰਾ ਦਿਨ ਕੰਮ ਕਰੀ ਜਾਂਦੀ ਅੱਛਾ ਅੱਛਾ ਲੈ ਦੱਸ ਮੈਂ ਤਾਂ ਭਾਬੀ ਤੇ ਹੈਰਾਨ ਆ ਉਹ ਐਂ ਕਰਦੀ ਹੈ ਬੇਬੇ ਨਾਲ ਤੇ ਹੋਰ ਮੈਂ ਝੂਠ ਥੋੜਾ ਮਾਰਦੀ ਹਾਂ ਤੈਨੂੰ ਮੈਂ ਤਾਂ ਅੱਖੀਂ ਦੇਖਿਆ ਮੇਰੇ ਸਾਹਮਣੇ ਪੋਚਾ ਲਵਾਇਆ ਉਹ ਤਾਂ ਉਹਨੂੰ ਤੜਿਆ ਕੇ ਮੈਨੂੰ ਕਹਿੰਦੀ ਇਹ ਫੂਕ ਬਹੁਤ ਛੇਤੀ ਛੱਕਦੀ ਹੈ ਮੈਂ ਤਾਂ ਇਹਨੂੰ ਫੂਕ ਦੇ ਕੇ ਹੀ ਕੰਮ ਕਰਾ ਲੈਣੀ ਆ ਪਰ ਤੂੰ ਮੇਰਾ ਨਾਂ ਨਾ ਲੈ ਦੀ ਭੈਣੇ ਕਿਸੇ ਗੱਲ 'ਚ ਤੂੰ ਤਾਈ ਨੂੰ ਸਮਝਾ ਮਾੜਾ ਮੋਟਾ ਇਹਦੀ ਫੂਕ ਜਾ ਕੇ ਕੰਮ ਨਾ ਕਰਿਆ ਕਰੇ ਕੋਈ ਗੱਲ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਭਾਬੀ ਮੈਂ ਤਾਂ ਤੇਰੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਵੀ ਐਂ ਕਰਦੀ ਹੈ ਬੇਬੇ ਨਾਲ ਕੋਈ ਗੱਲ ਨਹੀਂ ਮੈਂ ਕਰਦੀ ਹਾਂ ਬੇਬੇ ਨਾਲ ਗੱਲ ਮੈਂ ਤਾਂ ਹੀ ਸੋਚਿਆ ਸੀ ਮੈਂ ਖਲੇ ਹਰਮਨ ਨੂੰ ਦੱਸੂੰਗੀ ਦੇਖ ਆਪਾਂ ਤਾਂ ਭਾਵੇਂ ਗਵਾਂਢੀ ਹਾਂ ਪਰ ਆਪਾਂ ਸਕਿਆਂ ਤੋਂ ਵੱਧ ਵਰਤਦੇ ਹਾਂ ਇੱਕ ਦੂਜੇ ਨਾਲ ਕਿੱਦੇ ਤੋਂ ਸਹੀ ਗੱਲ ਹੈ ਕੋਈ ਗੱਲ ਨਹੀਂ ਭਾਬੀ ਮੈਂ ਕਰੂੰਗੀ ਬੇਬੇ ਨਾਲ ਗੱਲ ਚੱਲ ਚੰਗਾ ਭੈਣੇ ਮੈਂ ਤਾਂ ਜਾਨੀ ਆ ਫਿਰ ਹੈ ਮੈਂ ਤਾਂ ਇੱਧਰ ਆਈ ਸੀ ਸੰਦੀਪ ਦੀ ਬਹੂ ਕੋਲ ਮੁੰਡਾ ਨਾ ਉਹਨੂੰ ਸਾਗਨ ਜਾ ਦੇਣ ਆਈ ਸੀ ਬਹਿ ਜਾ ਭਾਬੀ ਚਾਹ ਪੀ ਕੇ ਵਾਹ ਨਾ ਉਧਰ ਵੀ ਸੋਡੀ ਹੋਈ ਹੈ ਫਿਰ ਕੀ ਹੋ ਗਿਆ ਕੋਈ ਗੱਲ ਨਹੀਂ ਲੱਗਦਾ ਸੀ ਨਾ ਨਾ ਇੱਕੋ ਹੀ ਗੱਲ ਆਪਣਾ ਕਿਹੜਾ ਫਰਕ ਹੈ ਕੋਈ ਅੱਛਾ ਆ ਗੱਲ ਹੈ ਹੋਰ ਮੈਨੂੰ ਪੰਮੀ ਦੱਸ ਕੇ ਗਈ ਹੈ ਤੁਸੀਂ ਤਾਂ ਅੰਦਰ ਸੁੱਤੇ ਪਏ ਸੀ ਫਿਰ ਤਾਂ ਯਾਰ ਬਹੁਤ ਮਾੜੀ ਗੱਲ ਹੈ ਯਾਰ ਤੇਰੀ ਭਾਬੀ ਵਾਸਤੇ ਤਾਂ ਇਹ ਬਾਕੀ ਯਾਰ ਫਿਰ ਬੇਬੇ ਵਾਸਤੇ ਵੀ ਮਾੜੀ ਗੱਲ ਹੈ ਕਿਉਂ ਫੂਕ ਛੱਕਦੀ ਹੈਗੀ ਸੇਣੀ ਬੇਣੀ ਹੈਗੀ ਹੈ ਬੇਬੇ ਚੱਲ ਬੇਬੇ ਤਾਂ ਆ ਜਾਂਦੀ ਹੈ ਇਹਦੀ ਫੂਕ 'ਚ ਉਹਨੂੰ ਭਾਬੀ ਨੂੰ ਤਾਂ ਮਾੜਾ ਮੋਟਾ ਸੋਚਣਾ ਚਾਹੀਦਾ ਹੈ ਬੁੜੇ ਬੰਦੇ ਤੋਂ ਦੇਖ ਕਿਵੇਂ ਕੰਮ ਕਰਾਉਂਦੀ ਹੈ ਸਹੀ ਗੱਲ ਹੈ ਹਾਂ ਆਉਂਦੀ ਹੈ ਮੇਰੀ ਗੱਲ ਸੁਣ ਬੇਬੇ ਤੈਨੂੰ ਮਾੜੀ ਮੋਟੀ ਅਕਲ ਨਹੀਂ ਹੈਗੀ ਤੈਨੂੰ ਪੰਪ ਦੇ ਕੰਮ ਕਰਾਈ ਜਾਂਦੀ ਹੈ ਭਾਬੀ ਦੇ ਤੋਂ ਨਾ ਮੇਰੇ ਤੋਂ ਕੌਣ ਕਰਾਉਂਦਾ ਕੰਮ ਮੈਂ ਕਦੋਂ ਕੰਮ ਕਰਦੀ ਹਾਂ ਤੈਨੂੰ ਕੌਣ ਕਹਿੰਦਾ ਬੇਬੇ ਐਵੇਂ ਮੁੱਕਰ ਨਾ ਮੈਨੂੰ ਪੰਮੀ ਸਾਰਾ ਕੁਛ ਦੱਸ ਕੇ ਗਈ ਹੈ ਕਹਿੰਦੀ ਤੇਰੀ ਭਾਬੀ ਫੂਕ ਛਕਾ ਛਕਾ ਕੇ ਕੰਮ ਕਰਾਉਂਦੀ ਹੈ ਬੇਬੇ ਤੋਂ ਤੈਨੂੰ ਮਾੜਾ ਮੋਟਾ ਪਤਾ ਨਹੀਂ ਲੱਗਦਾ ਉਹ ਤੇਰੇ ਤੋਂ ਕੰਮ ਕਰਾਉਂਦੀ ਹੈ ਚਲਾਕੀਆਂ ਨਾਲ ਤੂੰ ਮੋਨੀ ਦੀ ਮਾਂ ਨੂੰ ਛੱਡ ਭਾਬੀ ਤੂੰ ਮੈਨੂੰ ਐਂ ਦੱਸ ਸਾਡੀ ਬੇਬੇ ਤੋਂ ਕੰਮ ਕਿਉਂ ਕਰਾਉਣੀ ਹੈ ਤੂੰ ਕਰਦਾ
हैं तैनू कौन कह रहा ना कम करवानी है ना मैं तो ऊ ही नहीं कम करवाउंदी बेबे तो मैं नहीं कम करवाउंदी तू मैनू झूठ ना बोल मैनू सब पता लग गया ना कमाल हो गई हरमन तैनू किने कहता मैं बेबे तो कम करवानी है मैं तो बेबे तो कम कराया ही नहीं कदे मैं तो ना कन चढ़ाया बेबे तो कदे आ कम नहीं कराया के बेबे तो हुण तां जिवें मर्जी मुकरी जा जेड़े बंदे ने अखी देखे ना उन्हें दसे मैनू अखी देखे मैनू बेबे तो कम झूठ मार दी हो। कोई झूठ नहीं मार दी हो। तू बेबे नु फूक छका छका तो कम करौनी है मैं तेनू कहना चंगा तो नहीं लगता भेने घटो घट तू यह सोच ला तू बुढ़े बंदे तो धोखे तो काम करवानी है ये तो बहुत माड़ी गल है भेने तेरे वास्ते बेबे ते मैनू ना दसिया भी ऐ कर दी है तू मैनू दस दी ना मैं कर दा इहदे नाल गल बनी की फिरदी है ना तेरी मां नहीं हैगी इह ओही तां गल है भाभी जे तेरी मां तो तेरी भाभी ऐ फूक छका छका के काम करावे फिर तां तैनू लगे पता ला कमाल होगी हरमन फूक छकाउणा तो तू ऐ गल करदी है जे बेबे नू कोई झूठी गल कही होवे एक मिंट बेबे तू आप ही दस दे कहे तेरी मैं झूठी तारीफ करी है जेड़ा तेरे च गुण है मैं ओही गल कहनी है तेनू झूठी तारीफ तां ते भाई मेरी कदे भी नहीं करी एवें किवें कह रहा मैं तेनू आ बेबे ने तां कहना ही सी हुण इह तां छेती फूक छक जांदी है ना कमाल होगी तेरे कनियो ना तेरे कहण दा मतलब बेबे फुकरी है वी जिहड़ी छेती फूक छक जांदी है होर फिर की कहा इहनू जिहड़ी तेरियां गल्लां चाके कम करन लग जांदी है लै इह तां गलत गल है हरमन तेरी बेबे ने तैनू फुकरी नहीं कहना चाहीदा खबरदार हरमन जे मैनू फुकरी फाकरी की है फुकरी तू होवेंगी कमाल होगी बेबे तेरी असि तेरी मेहनत कराई जन्ने आ ओही तां गल है असि ते बेबे तेरा पक्ष लिए ने उल्टे तू सानू कही जन्नी है ना फिर ए मैनू फुकरी का तो कहंदी है ए ना मेरे च की फुकरपना देखे ओही तां गल है हरमन तैनू माड़ा माड़ा मुंह संभाल के बोलना चाहिदा आखिर तेरी मां है हे तू इहनू फुकरी दसदी है जे कोई बेबे दे गुणा दी तारीफ करदा है बेबे चल खुश हो जांदी है इहदा मतलब बेबे फुकरी होगी है आप होगी है फुकरी बड़ी फिरदी है आप दे आप नू मुंह ते मारू च पेड़ा खिच के मुंह संभाल के बोल बेबे असि तेरे बारे सोची जाने तू साडे दी चढ़ी जानी है ना तू हुण होर बेइज्जती करौनी है ओरे तई की लेने दीगा करी जांदी अगली करी जान दे काम जो नहीं हटदी चल हो गड़ी चली पिंड चले कपड़े चक चल मैं ले आनी है कपड़े चक के राजे भाई गुस्सा ना मन यार कोई गल नहीं गुस्सा ना कर जा क्यों ना गुस्सा कर यार भाई किन्नी ता बेइज्जती होगी होर करौनी है हुण असि ओरे बेइज्जती छोटी कादी हुई है बेइज्जती तो मेरी हुई है पुत्त ओ देख ले तेरे सामने मैनू फुकरी कहंदी है चल कोई ना बेबे तू सही है असि गलत आ गए देख भाई जे तुसी गुस्से ही करना है ओ तो अड्डे गल है मैं तो कोई गलत गल नहीं कही मैं तो जेड़े बेबे च गुण ने उसे ही तारीफ करी थी देख जेड़े बंदे च गुण होंदे ने तारीफ तो करनी पैंदी है बंदे दी मंदा चंगा कदे नहीं मैं नहीं बोली हैगी मैं तो कल्ले दे गुणा दी तारीफ करदी हां बेबे गुणा दी उथली हैगी ना मैं इहनू माड़ा किवें कहदा मैनू ऐ दसो करो तुसी मैनू ऐ समझाओ ना ना भैणे ते कोई माड़ी गल नहीं कीती तू तो बहुत वधिया कीता बहुत वधिया तरीका भाल्या भैणे ते बेबे हुण तेरे हत्थां ते चढ़ी होई है असी की कर सकदे आ ਦਬਈ ਕਮਾਲ ਕਰੀ ਜਾਣਾ ਤੂੰ ਆ ਕਹੀਆਂ ਜੇ ਗੱਲਾਂ ਕਰਦਾਗਾ ਮੈਂ ਇਹੀ ਜਾਂ ਕੀ ਕਰਤਾ ਮੈਨੂੰ ਤਾਂ ਨਹੀਂ ਸਮਝ ਆਉਂਦੀ ਮੈਨੂੰ ਉਹੀ ਗੁਨਾਹਗਾਰ ਬਣਾਈ ਜਾਂਦੇ ਤੁਸੀਂ ਕੋਈ ਨਾ ਭਣੇ ਕੋਈ ਨਾ ਕੋਈ ਗੱਲ ਨਹੀਂ ਆ ਜਾ ਹਰਮਨ ਗੱਲ ਤਾਂ ਸੁਣ ਬਈ ਗੱਲ ਸੁਣ ਭਾਈ ਨਾ ਨਾ ਭਾਈ ਮੈਂ ਨਹੀਂ ਰੁਕ ਸਕਦੀ ਹੁਣ ਬਥੇਰੀ ਬੇਇੱਜ਼ਤੀ ਹੋ ਗਈ ਸਾਡੀ ਤੇ ਆ ਜਾ ਤੈਨੂੰ ਪਤਾ ਹੀ ਆ ਜਾ ਰਾਜੇ ਇੱਕ ਮਿੰਟ ਭਾਈ ਗੱਲ ਤਾਂ ਸੁਣੋ ਯਾਰ ਗੱਲ ਤਾਂ ਸੁਣੋ ਨਾ ਨਾ ਭਾਈ ਤੈਨੂੰ ਪਤਾ ਹੀ ਨਹੀਂ ਲੱਗਦਾ ਦੇਖ ਲੈ ਅਸੀਂ ਤਾਂ ਫਾਇਦਾ ਸੋਚਿਆ ਨੇ ਆਪ ਗਈ ਲੈ ਤੇ ਤਾਂ ਪੇੜਾ ਹੀ ਮਾਰੂ ਗੱਲ ਹੈ ਕੋਈ ਇਹ ਲੈ ਹੁਣ ਅਸੀਂ ਬੇਇੱਜ਼ਤੀ ਕਰਾਉਣ ਆਏ ਯਾਰ ਬਥੇਰੀ ਹੋ ਗਈ ਲੋੜ ਆ ਗਿਆ ਜਮੀ ਲੈ ਕਰ ਲਓ ਫਾਇਦਾ ਕਮਾਲ ਹੋਈ ਪਈ ਆ ਜਮੀ ਤੜਕੇ ਵਗ ਜਾਂਦੇ ਸੰਦੇਹਾਂ ਉਹ ਤੂੰ ਰਹਿਣ ਦੇ ਯਾਰ ਆ ਦੇਖ ਲੈ ਕੀ ਕਰਾਤਾ ਤੂੰ ਦੇਖ ਲੈ ਲੈ ਮੈਂ ਕੀ ਦੇਖ ਲੈ ਮੈਂ ਕੀ ਕਰਾਇਆਗਾ ਲੈ ਇਹਨੇ ਕੀ ਕਰਾਤਾ ਵਿਚਾਰੀ ਨੇ ਇਹ ਤਾਂ ਸੱਚੀਆਂ ਗੱਲਾਂ ਕਹਿੰਦੀ ਹੈ ਫਿਰ ਉਹਨਾਂ ਦੇ ਕੀ ਦੁੱਖ ਲੱਗਿਆ ਜਾਂਦੇ ਨੇ ਜਾਣ ਦੇ ਫਿਰ ਮੈਨੂੰ ਕੋਈ ਚੱਕਰ ਨਹੀਂ ਬਾਗੇ ਬਗ ਜਾਣ ਦੇ ਲੈ ਇਹ ਉਂ ਯਾਰ ਕਰੀ ਜਾਂਦੇ
बह जा पुत्त, मैं चाह बना के लियानी है। चाह बना लिया बेबे। मेरी गल सुन बेबे, मैं तो बाली दुख लग गया, अपने घरे कलेस पै गया, नाले हरमन ते राजा भी रुस के वग गए, सारा कुछ पम्मी का करया कराया है, मैं तो उते हरक चढ़ी जांदा। सही गल है, मैनू तो आप बथेरा गुस्सा है उते। देख बेबे, मैं तो तेनू कदे गलत गल नहीं कही हैगी, तेरे गुण दी तारीफ करी है, जेड़ा तेरे च गुण हैगा, जे मैं तेरे गुण गाउनी आ तो मैनू माड़ी बनाता। कोई गल नहीं, माड़ी बनाता तो बनाई जान दे, आपां नूं की परवाह है, जदों मैं तेरे नाल, तू कदे झूठी गल करी हुई नहीं, तू तो हमेशा सच्ची गल ही करदी है। हाँ बेबे, तू कम कार तकड़ी हैगी है कि ना, तू रोटी बनाउनी है वधिया, बढ़िया दाल सब्जी बनाउनी है, ऐं तारीफ करी है तेरी मैं। देख बेबे, जेड़ा मैं अज तक देखिया वो मैं तेनू मुँह ते कहता, जेड़िया जेड़िया मैं तेनू गल्लां कहियां नेगियां उन्हां च कोई इहो जिहा कम तो है नहीं गा जेड़ा मैं तेनू जाण के कहा होवे। तेरे च सारे गुण हैगे ने बेबे, जेड़े मैं तेनू कहनी आ, मैं तेनू झूठ नहीं बोलती। बाकी जे तेनू लगता कुछ गलत वो तू मैनू दस दे, मैं तेरे गुणा की तारीफ ना करया करूंगी। ना ना, मैनू तो कुछ नहीं सुखपाल गलत लगता, जेड़ा तू कहनी है वो तू आप सच्ची ही कहनी है, तेनू जेड़ा कुछ दिसदा है वो सारा मैनू पता है, तू सच्ची गल ही कर दी है सुखपाल। ये तो एवं मारी जाते हैं, इन्हों कोई गलबात का पता नहीं, वास्ता नहीं, अकल नहीं, मौत नहीं, इन्हों बिना गल तो एवं सिर चढ़ के बोलन लग गए। मैनू तो आप गुस्सा आया भी सुखपाल च की गलती है, तेरे सामने ही है, मैं तो भजाते फिर। वो तो गल तेरी ठीक है बेबे, ऊँ हो तो माड़ी जड़ा राजा ते हरमन रुस के वागे, सारा कलेस पम्मी ने पवाया, मैंने तो पम्मी ते गुस्सा चढ़ी जाता है। मैनू तो आप उते बहुत गुस्सा चढ़ी जाता है। मैं तेरे च एक गल होर देखी बेबे, जे तेन गुस्सा चढ़ जाए ना तो अगर पिछा नहीं देखती, फिर जो तेन पता लग जाए ना भी आह बंदे ने साडे नाल गलत काम करिया, फिर तेरा दिमाग फिर जाना बेबे, फिर नहीं तू बदला रहे बिना टिकती, फिर चाहे तेन अगले दे घर जाके टापा चाढ़ना पै जे। मैं तेरे च आह गुण भी देखे एक। चल बेबे कोई गल नहीं, तू आपका दिमाग शांत रख, कितने पम्मी दे घर जाके उत्ते टापा ने चाढ़ दी, मैं तो डर जा लगता है। शांत सुनत गल ना कर सुखपाल, मैं तो हूँ गुस्सा चढ़िया पिया, मैं तो पम्मी के घर जाके ना उत्ते टापा चाढ़ना ही चाढ़ना, उन्हें अपने घरे कलेस पाया ना, मेरी धी ते जमाई रुस के वागे, ये सारा पम्मी ने कारा करया, मैं उन्हें सब कुछ क्या के हटूं। है ले दस, मैं तो तेन उ कह बैठी, मैनू की पता तेरे सवाद भी, जो तेन गुस्सा चढ़ जाए किसी बंदे ते भी तू टिकदी नहीं होंगी। चल कोई गल नहीं, तू अपने आप संभालने की कोशिश कर बेबे, एवं पम्मी ते जाके कितने जूंडे पट्टे। ना ना, मैं तो हूं हटती नहीं हैगी, मैं तो ओदे जूंडे पट्ट के आऊंगी। ना ना बेबे, रुक जा तू। ना ना, मैं तो पट के आऊ ओदे जूंडे, फिर नहीं कदे ऐ करूगी। ना बेबे, ये काम ना करी, ना तू अखे लग जा मेरे। हाय रब्बा, मैं इनू की कह बैठी, इन्हें नहीं हुण रुकना, अरे सवा तो वाला कब्बा है। ना जा बेबे, ना ना जा तू, मैं नहीं हुण रुकदी, मेरा सवा वखरा ही है। हां रुक जा। ना ना सुखपाल, मेनू ना रोकी, मैं नहीं हुण रुकदी, मेरा सवा तो होर साबद है। ना बेबे रुक जा। ना मैं नहीं हुण, ना बाजा बाजू कुमारा, वो तो मैनू पता है बेबे, जेड़ी गल तू मन च सोच ले रुकदी नहीं हुंदी, तू करके हटदी है। ना ना सुखपाल, मैं छड़ दे, मैं जानी हूं। रुक जा बेबे, रुक जा। ना ना छड़ दे, मैं जानी हूं हुण तो सुखपाल। रुक जा बेबे, मैं जानी हूं सुखपाल, हुण नहीं मैं रुकदी हैगी। रुक जा, रुक जा, छड़ दे सुखपाल, तेनू पता तो हैगा चंगा भला मैं रुकना नहीं हैगा। रुक जा, रुक जा, मैं रुकना हुण। ले पम्मी, हुण लगू तेनू पता, मैं तो तेरे तवारी करके तेन गल दस बैठी, तू उंगलों ला ला के साडे घरी कलेस पवाता, हुण लगू तेनू पता, देख दी जाई हुण कड़ी दी फटके तेनू। किधर भग गई हुण, दींदी नहीं हैगी किते। अंदर ही होगी, किते नहीं दींदी हैगी। आ जा ताई। आ गई आ गई, कोई ना। ताई अंदरों बार का तड़ाई जानी है, क्योंकि मैं तेरा टूआ कुटना है ना, आंढ़ गुआंढ़ च रौला जरूरी सुनाना है। बाहर आ, चुगलियां करन जाएगी तू। हाय हाय, छड़ हाय, छड़ दे ताई, मैं की करता, हाय मैं छड़ ताई, ताई छड़ वाली चंबली है, साडे घरे कलेश पवाउंदी है, सारा दिन चुगलियां करन ते रहंदी है, ऐ नहीं भी मैं अगले दे घरे कलेश पवाउनी आ, वाली चंबली हुई है, कहां वास्ते नहीं किसे दे पवाऊगी। ए
मैनू बिना गल तो ही कुट गई। ताई ने बहुत माड़ा काम करया जसे भाई, ये मेरे घर वालों घरे कुट के आई है। फिर बेबे की करती भाई, ये साढ़े घरे कलेश पाउण दी कोशिश करती थी। बेबे नू गुस्सा चढ़ गया, मैं बथेरा रोकी, बेबे रुकी नहीं हैगी। बिंदर यार इहनू की लोड़ थी पम्मी नू एवें हर मन नू पुठियां सिद्धियां गलां लाउण दी। जसे लोग जरदे नहीं हैगे भी इन्हां दी सस नूहां दी क्यों बणदी है, मचदे ने ये तो भी नहीं जरिया गया। बस इसे चक्कर च ही इन्हें अपने घरे फुट पवाउण दी मारी ने अपनी हरमन नू पुठियां सिद्धियां उंगलां ला दियां। इन्हें बेचारी ने मैनू कदे की कहा, बिंदरा मेरी गल सुन ले, मेरी धी आई हुई थी हरमन, इन्हें उहदे पुठियां सिद्धियां उंगलां ला दियां। उहनू कहिंदी सुखपाल ना तेरी बेबे तो सारा काम कराउंदी है फूक छका छका के, उह साडे घरे कलेश पा के बहि गई, इहदे करके मेरी धी ते जमाई रुस के भग गए। मैनू तां फिर गुस्सा आ गया, फिर जिहड़ा कुछ हो गया सही। ले लै सवाल, मैं तैनूं की कहा सी वी तैं की लैणा है, तैनूं की लोड़ सी हरमन नूं कुछ कहण दी, ਜਿਹੜਾ ਤੇਰੇ ਨਾਲ ਹੋਇਆ ਨਾ ਚੰਗਾ ਹੀ ਹੋਇਆ। ਹੋਰ ਯਾਰ ਕੀ ਲੋੜ ਤੀ ਭਾਬੀ ਨੂੰ ਪਹਿਲਾਂ ਇਹ ਗੱਲਾਂ ਕਰਨ ਦੀ? ਹੋਰ ਮੇਰੇ ਕੋਲ ਵਧੀਆ ਉੱਠਦੀ ਬਹਿੰਦੀ ਤੀ, ਵਧੀਆ ਮੈਂ ਇਹਦੀ ਇੱਜ਼ਤ ਕਰਦੀ ਤੀ, ਹੁਣ ਤੂੰ ਚੰਗੀ ਰਹੀ ਪੰਮੀ, ਐਵੇਂ ਤੂੰ ਸਾਡੇ ਘਰ ਕਲੇਸ਼ ਪਾਉਣ ਲੱਗ ਗਈ। ਹੈਂ ਚੰਗੀ ਤਾਂ ਰਹਿਣੀ ਸੀ ਇਹਨੇ, ਹੁਣ ਸਾਡੇ ਦੋਨਾਂ 'ਚ ਤਾਂ ਇੰਨਾ ਪਿਆਰ ਹੈ, ਇਹ ਸਾਡੀਆਂ ਹੋਰ ਹੀ ਗੱਲਾਂ ਬਣਾਉਣ ਲੱਗ ਗਈ। ਨਾਲੇ ਬਿੰਦਰਾ ਇਹ ਸਾਡੇ ਘਰੋਂ ਚਾਹ ਪੀ ਕੇ ਗਈ ਹੈ, ਤਰੀਫਾਂ ਕਰਦੀ ਗਈ ਹੈ ਮੇਰੀਆਂ, ਕਹਿੰਦੀ ਤਾਈ ਤੂੰ ਤਾਂ ਬਾਹਲੀ ਸਵਾਦ ਚਾਹ ਬਣਾਉਣੀ ਹੈ। ਜੇ ਮੇਰੇ 'ਚ ਕੋਈ ਗੁਣ ਹੈਗਾ ਤਾਂ ਹੀ ਮੇਰੀ ਨੂੰਹ ਮੇਰੀਆਂ ਤਰੀਫਾਂ ਕਰਦੀ ਹੈ, ਫਿਰ ਇਹ ਕਿਉਂ ਮੱਚਦੀ ਹੈ? ਇਹ ਤਾਂ ਝੱਲੇ ਨਹੀਂ ਗਿਆ ਸਾਡਾ ਸੱਸ ਨੂੰਹਾਂ ਦਾ ਪਿਆਰ। ਹੋਰ ਬੇਬੇ ਝੱਲੀ ਨਹੀਂ ਗਿਆ ਫਿਰ, ਇਹੀ ਗੱਲ ਹੈ। ਮੈਂ ਬੇਬੇ ਤਰੀਫਾਂ ਕਰਤੀਆਂ ਇਹਦੇ ਕੋਲ ਤੇਰੀਆਂ, ਇਹਨੂੰ ਐਂ ਹੋ ਗਿਆ ਬਸ ਵੀ ਇਹਦੀ ਸੱਸ ਨਾਲ ਕਿਉਂ ਬਣਦੀ ਹੈ। ਸੁਖਪਾਲ ਦੀ ਦੇਖੋ ਜਿਹੜਾ ਸਾਡੇ ਬੇਬੇ 'ਚ ਗੁਣ ਹੈਗਾ ਮੈਂ ਤਾਂ ਇਹਦੇ ਮੂੰਹ 'ਤੇ ਕਹੂੰਗੀ, ਮੈਨੂੰ ਕੋਈ ਰੋਕ ਕੇ ਦਿਖਾਓ। ਨਾ ਨਾ ਕੌਣ ਰੋਕ ਦੂੰ, ਮੈਂ ਬੈਠੀ ਹਾਂ। ਇੱਕ ਮਿੰਟ ਤੂੰ ਮੈਨੂੰ ਐਂ ਦੱਸ, ਬੇਬੇ ਮੇਰੇ ਨਾਲ ਰੋਟੀ ਸਵਾਦ ਬਣਾਉਂਦੀ ਹੈ ਕਿ ਨਾ? ਤੂੰ ਮੈਨੂੰ ਆਪ ਹੀ ਕਹਿਣਾ ਹੁੰਦਾ ਸੀ ਵੀ ਬੇਬੇ ਪਰੌਂਠੇ ਬਹੁਤ ਸਵਾਦ ਬਣਾਉਂਦੀ ਹੁੰਦੀ ਸੀ, ਕਹਿਣਾ ਹੁੰਦਾ ਸੀ ਨਾ? ਹਾਂ ਕਹਿੰਦਾ ਹੁੰਦਾ ਸੀ ਮੈਂ ਤਾਂ। ਤੇ ਫੇਰ ਜੇ ਮੈਂ ਬੇਬੇ ਦੇ ਗੁਣਾਂ ਦੀ ਤਾਰੀਫ ਕਰਤੀ ਇਹ 'ਚ ਕੀ ਰੋੜਾ ਆ ਗਿਆ? ਬਸ ਮੈਂ ਤਾਂ ਹੁਣ ਸੋਚ ਹੀ ਲਿਆ, ਮੈਂ ਤਾਂ ਸਹੁੰ ਹੀ ਪਾ ਲਈ, ਮੈਂ ਨਹੀਂ ਬੇਬੇ ਦੇ ਗੁਣਾਂ ਦੀ ਤਾਰੀਫ ਕਰਦੀ ਹੁਣ ਨਾ। ਮੈਨੂੰ ਤਾਂ ਆਹ ਫਟਲਾਂਤ ਮਿਲੀ ਦੇਖ ਲੈ ਬੇਬੇ ਦੇ ਗੁਣਾਂ ਦੀ ਤਾਰੀਫ ਕਰਨ ਦੀ, ਮੈਂ ਕੋਰੀ ਕਰਾ ਰਹੀ ਹਾਂ ਅਗਲੇ ਨੂੰ ਗੱਲ ਮੂੰਹ 'ਤੇ ਕਹਿ ਦਿੰਦੀ ਹਾਂ, ਮੈਂ ਦੱਸ ਕੇ ਇਹ 'ਚ ਗੁਨਾਹ ਕਰਤਾ। ਨਾ ਨਾ ਸੁਖਪਾਲ ਤੈਨੂੰ ਸਹੁੰ ਖਾਣ ਦੀ ਲੋੜ ਹੀ ਨਹੀਂ ਹੈਗੀ, ਕੋਈ ਗੱਲ ਨਹੀਂ ਲੋਕਾਂ ਨੂੰ ਭੌਂਕੀ ਜਾਣ ਦੇ, ਤੂੰ ਪਰਵਾਹ ਨਾ ਕਰ, ਤੂੰ ਆਪਦੀ ਕੋਰੀ ਕਰਾਰੀ ਗੱਲ ਕਰਿਆ ਕਰ ਬਸ। ਤੂੰ ਮੈਨੂੰ ਐਂ ਦੱਸ ਬੇਬੇ ਮੈਂ ਤੈਨੂੰ ਕਦੇ ਕੰਮ ਕਰਨ ਨੂੰ ਕਿਹਾ? ਨਾ ਨਾ ਤੂੰ ਤਾਂ ਕਦੇ ਵੀ ਨਹੀਂ ਕਿਹਾ ਮੈਨੂੰ ਕੰਮ ਕਰਨ ਨੂੰ, ਮੈਂ ਤਾਂ ਆਪ ਸ਼ੌਂਕ ਨੂੰ ਕਰਦੀ ਹਾਂ ਵੀ ਮੇਰੀ ਸਿਹਤ ਠੀਕ ਰਹੂਗੀ, ਸਰੀਰ ਚੱਲਦਾ ਰਹਿੰਦਾ, ਜੇ ਮੈਂ ਮੰਜੇ 'ਤੇ ਬਹਿ ਗਈ ਵੀ ਮੈਂ ਤਾਂ ਜਮੀ ਜੁੜ ਜੂੰਗੀ। ਸਹੀ ਗੱਲ ਹੈ ਬੇਬੇ ਤੇਰੀ। ਚੱਲ ਬਿੰਦਰ ਯਾਰ ਭਾਬੀ ਨੇ ਜਿਹੜਾ ਕੰਮ ਕਰਿਆ ਸੀ ਬੇਬੇ ਗੁੱਸੇ 'ਚ ਕੁੱਟ ਕਟਾਈ, ਉਹਦੀ ਮੈਂ ਤਾਂ ਇੱਥੋਂ ਮਾਫ਼ੀ ਮੰਗਦਾ ਯਾਰ, ਪਰ ਗਲਤ ਭਾਬੀ ਨੇ ਵੀ ਕਰਿਆ, ਚੰਗਾ ਕੰਮ ਇਹਦਾ ਵੀ ਨਹੀਂ ਹੈਗਾ ਜੀ ਕੋਈ, ਹਰਮਨ ਨੂੰ ਉਂਗਲਾਂ ਲਾਈਆਂ ਇਹਨੇ ਗਲਤ, ਸਾਡੇ ਘਰੇ ਕਲੇਸ਼ ਪਵਾਇਆ, ਕੋਈ ਮਾੜੀ ਗੱਲ ਹੈ ਇਹਦੀ ਵੀ? ਆਪਾਂ ਸੱਚੀ ਗੱਲ ਕਹਾਂਗੇ ਕਿ ਨਹੀਂ? ਨਾ ਮੈਨੂੰ ਤਾਂ ਆਪ ਇਹਦੇ ਗੁੱਸਾ ਚੜ੍ਹੀ ਜਾਂਦਾ ਵੀ ਤੈਨੂੰ ਕੀ ਲੋੜ ਸੀਗੀ, ਜਿਹੜਾ ਕੁਛ ਅਗਲਾ ਉਹਦੇ ਘਰੇ ਹੈਗਾ ਸੀ ਹੈਗਾ, ਤੈਨੂੰ ਕੀ ਲੋੜ ਸੀ ਉਹਨੂੰ ਉਂਗਲਾਂ ਲਾਉਂਦੀ ਜਾਂ ਗੱਲ ਕਹਿਣ ਦੀ? ਚੱਲ ਤੁਰ ਪਾਉਣ ਖੜੀਓ। ਵਧੀਆ ਸਾਡੇ ਘਰੇ ਆ ਜਾਂਦੀ ਤੀ, ਗੱਲਾਂ ਬਾਤਾਂ ਕਰ ਜਾਂਦੀ ਤੀ, ਹੁਣ ਉਹ ਤੋਂ ਵੀ ਗਈ, ਖਬਰਦਾਰ ਜੇ ਸਾਡੇ ਘਰੇ ਬੜੀਆਂ ਮੁੜ ਕੇ। ਮੈਨੂੰ ਤਾਂ ਆਪਦੀ ਗਲਤੀ ਤੇ ਕੋਈ ਪਛਤਾਵਾ ਨਹੀਂ ਹੈਗਾ ਜੱਸੇ, ਉਸ ਕੰਜਰੀ ਨੇ ਆਪਣੇ ਘਰੇ ਕਲੇਸ਼ ਪਵਾਇਆ ਤੀ, ਸੁਖਪਾਲ ਦਾ ਤਾਂ ਵਿਚਾਰੀ ਦਾ ਕਸੂਰ ਹੀ ਨਹੀਂ ਹੈਗਾ ਕੋਈ। ਸਹੀ ਗੱਲ ਹੈ ਬੇਬੇ, ਚੱਲ ਜਿਹਾ ਕਸੂਰ ਉਹਨੇ ਕਰਿਆ ਤੀ ਭੁਗਤ ਲਿਆ ਉਹਨੇ ਫਿਰ। ਉਹੀ ਤਾਂ ਗੱਲ ਹੈ, ਚੱਲ ਤੁਸੀਂ ਬੈਠੋ, ਵਧੀਆ ਹੀ ਚਾਹ ਬਣਾ ਕੇ ਲਿਆਉਣੀ ਆ। ਜੇ ਵਧੀਆ ਚਾਹ ਪੀਣੀ ਹੈ ਸੁਖਪਾਲ ਉਹ ਤਾਂ ਤੈਨੂੰ ਪਤਾ ਹੀ ਹੈ, ਮੈਂ ਹੀ ਬਣਾ ਸਕਦੀ ਹਾਂ। ਮੈਨੂੰ ਤਾਂ ਪਹਿਲੀ ਬਦਨਾਮ ਬਥੇਰਾ ਕਰਤਾ ਉਹਨਾਂ ਨੇ, ਚੱਲ ਮੈਂ ਹੀ ਬਣਾ ਲਿਆਉਣੀ ਆ। ਨਾ ਨਾ ਤੂੰ ਬਹਿ ਜਾ, ਮੈਂ ਲਿਆਉਣੀ ਆ ਬਣਾ ਕੇ। ਚੱਲ ਠੀਕ ਹੈ। ਲੈ ਤੁਸੀਂ ਆਪ ਹੀ ਦੇਖ ਲਓ ਇਹ 'ਚ ਮੇਰਾ ਕੀ ਕਸੂਰ ਹੈ। ਤੇਰਾ ਤਾਂ ਇਹ 'ਚ ਕੋਈ ਕਸੂਰ ਨਹੀਂ, ਜਦੋਂ ਬੇਬੇ ਆਪ ਹੀ ਕਹਿੰਦੀ ਹੈ ਕੰਮ ਕਰਨ ਨੂੰ ਖੁਸ਼ ਹੋ ਕੇ, ਇੱਕ ਗੱਲ ਤਾਂ ਠੀਕ ਵੀ ਹੈ, ਤੁਰਦੀ ਫਿਰਦੀ ਰਹੂਗੀ ਬੇਬੇ ਕੰਮ ਧੰਦਾ ਕਰਦੀ, ਸਿਹਤ ਠੀਕ ਰਹੂਗੀ ਇਹਦੀ। ਹਾਂ ਇਹ ਵੀ ਗੱਲ ਤੁਹਾਡੀ ਸਹੀ ਹੈ, ਐਂ ਫਾਇਦਾ ਕਿ ਨਹੀਂ? ਚੱਲ ਮੈਂ ਫਿਰ ਡੰਗਰਾਂ ਕਣੀ ਗੇੜਾ ਮਾਰਿਆ, ਮੈਨੇ ਚਾਹ ਬਣਦੀ ਹੈ। ਹਾਂ ਮਾਰਿਓ। ਲੈ ਮੇਰਾ ਮਾੜਾ ਕਰਨ ਆਈ ਤੀ ਮੰਮੀ ਜੀ, ਵੱਡੀ ਆਈ ਹੈ, ਇਹਨੂੰ ਐਂ ਨਹੀਂ ਪਤਾ ਵੀ ਤੇਰੇ ਕੋਲ ਤਾਂ ਇੱਕ ਦਿਮਾਗ ਹੈ, ਮੇਰੇ ਕੋਲ ਤਾਂ 10 ਦਿਮਾਗ ਨੇ। ਹਾਂਜੀ ਸਤਿ ਸ਼੍ਰੀ ਅਕਾਲ, ਸਲਾਮ ਅਦਾਬ ਨਮਸਕਾਰ, ਤੁਸੀਂ ਜੁੜੇ ਹੋ ਪੇਂਡੂ ਵਿਰਸਾ ਦੇ ਨਾਲ। ਹੁਣ ਵਾਰੀ ਹੈ ਤੁਹਾਡੀ ਕਮੈਂਟ ਕਰਨ ਵਾਲਿਆਂ ਦੀ। ਅਮਰੀਕ ਮਘਾਣੀਆ, ਹਰਿੰਦਰਪਾਲ ਸਿੰਘ ਪਟਿਆਲਾ, ਸ਼ਗਨਪ੍ਰੀਤ ਹਰਨੂਰ,
लौंगोवाल, कुलदीप नंबरदार, गुरमुख सिंह पटियाला, जसभैन इटली, हैरी लद्दड़, दिओ माजरा, हरदीप सिंह बसराओं, प्रवेश महाजन श्री अमृतसर साहब, अमरीक सिंह नवांशहर, राजखीवा मानसा, अमल जलाल बठिंडा, मास्टर जगदीश चंद्र शास्त्री, नरेश राणी, दर्शन ते अशमीत लेलेवाला, मुहम्मद रेहान, शिवराज सिंह नसीबपुरा, अंसारी काजमी इस्लामाबाद, पंजाब कौर धालीवाल, बलवीर चंद हिम्मतपुरा, बलजीत सिंह अरविंद नगर मानसा, निर्मल सिंह सिकंदपुरा मरेलकोटला। शुक्रिया जी, मेहरबानी जो तुसी एप्रीशिएट कर रहे हो। इस तरह प्यार बनाई रखियो ते करदे रहो सोहणे सोहणे कमेंट। वीडियो वधिया तो वधिया तुहाडे वास्ते आउंदियां रहणगियां। पूरे परिवार दे नाल देखिया करो पेंडू विरसा। शुक्रिया जी, मेहरबानी। पेंडू विरसा चैनल नूं सबसक्राइब कर दो, वीडियो शेयर कर दो।